Hello and welcome to my channel Victor's Knowledge. This is Chinu Sharma and today we are going to discuss a very important topic for all the upcoming exams, be it Naib Tehsildar, Patwari, Excise, HPSC, PPSC, SSSB Board, UPSC. For all exams, this topic is the most important, and in this topic, which is international organizations, I shall be discussing 50 important organizations, and this video will be in two parts. In first part, I will be covering 27 organizations and rest 23 will be covered in the next part. So please stay tuned and subscribe to my channel. Let's get started. So our first topic is, what is an international organization? International organization to matlab ki hai? बेसिकली इंटरनेशनल ऑर्गेनाइजेशन का सिंपल जहा मतलब है वो ऑर्गेनाइजेशन जेडी की वर्ल्ड लेवल ते इंटरनेशनल लेवल ते स्टेट्स का मतलब है उरे कंट्रीज नू रेकोगनाइज कर दिया ने, मतलब के किसी भी दो या दो तो ज्यादा कंट्रीज बेसिकली जिम्मे एक ऑर्गेनाइजेशन नू इंटरनेशनल ऑर्गेनाइजेशन बनन लई घट्टो घट्ट तीन स्टेट्स की मैंबरशिप चाहिए होंगी है। ਤਾਂ ਜਿਹੜੀਆਂ ਸਟੇਟਸ ਨੇ ਜਦੋਂ ਇਹ ਸਟੇਟਸ ਕਿਸੇ ਵੀ ਪਾਰਟਿਕੂਲਰ ਇਸ਼ੂ ਨੂੰ ਲੈ ਕੇ ਇੰਟਰਨੈਸ਼ਨਲ ਲੈਵਲ ਤੇ ਆਪਸ ਵਿੱਚ ਇੱਕ ਹੱਥ ਜੋੜਦੀਆਂ ਨੇ, ਆਪਸ ਵਿੱਚ ਮਿਲਦੀਆਂ ਨੇ, ਇੱਕ ਅਗਰੀਮੈਂਟ ਤਿਆਰ ਕਰਦੀਆਂ ਨੇ, ਤਾਂ ਉਸ ਇਕੱਠ ਨੂੰ, ਉਸ ਜੋੜ ਨੂੰ, ਅਗਰੀਮੈਂਟ ਨੂੰ ਆਪਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਨਾਮ ਦਿੰਦੇ ਹਾਂ। ਤੇ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਮੈਂਬਰ ਸਟੇਟਸ ਨੇ, ਜਿਹੜੀਆਂ ਕੰਟਰੀਜ਼ ਨੇ, ਉਹੀ ਡਿਸਾਈਡ ਕਰਦੀਆਂ ਨੇ ਕਿ ਉਸ ਆਰਗੇਨਾਈਜੇਸ਼ਨ ਨੂੰ ਕਿਸ ਤਰ੍ਹਾਂ ਆਪਾਂ ਨੇ ਚਲਾਉਣਾ ਹੈ, ਵੋਟਿੰਗ ਕਿਸ ਤਰ੍ਹਾਂ ਦੀ ਹੋਏਗੀ ਤੇ ਫੰਡਸ ਕਿੱਥੋਂ ਕਿੱਥੋਂ ਲੈਣੇ ਨੇ। ਸੋ ਬੇਸਿਕਲੀ ਜਿਹੜੇ ਵੀ ਰਾਈਟਸ ਨੇ ਉਹ ਉੱਥੋਂ ਉਸ ਆਰਗੇਨਾਈਜੇਸ਼ਨ ਦੇ ਪਰਮਨੈਂਟ ਮੈਂਬਰਸ ਦੇ ਕੋਲ ਨੇ। ਤੇ ਇੱਕ ਹੋਰ ਆਪਣੇ ਬਹੁਤ ਵਾਰੀ ਟਰਮ ਸੁਣੀ ਹੈ, ਇੰਟਰਨੈਸ਼ਨਲ ਲਾ। ਐਸ ਸੱਚ ਇੰਟਰਨੈਸ਼ਨਲ ਲਾ ਕੀ ਹੈ? ਪਬਲਿਕ ਇੰਟਰਨੈਸ਼ਨਲ ਲਾ ਆਪਾਂ ਇਹਨੂੰ ਕਹਿੰਦੇ ਹਾਂ। ਇਹਦਾ ਮਤਲਬ ਹੈ ਕਿ ਉਹ ਲਾ ਜਿਹੜਾ ਕਿ ਦੋ ਨੇਸ਼ਨਸ, ਦੋ ਕੰਟਰੀਜ਼ ਦੇ ਵਿੱਚ ਜਦੋਂ ਵੀ ਕੋਈ ਇੰਟਰਨੈਸ਼ਨਲ ਵਰਲਡ ਲੈਵਲ ਤੇ ਡਿਸਪਿਊਟ ਆਉਂਦਾ, ਉਹਨੂੰ ਸੈਟੀਸਫਾਈ ਕਰਦਾ, ਉਸ ਡਿਸਪਿਊਟ ਨੂੰ ਸੌਰਟ ਆਊਟ ਕਰਦਾ, ਤਾਂ ਉਸ ਲਾ ਨੂੰ ਆਪਾਂ ਇੰਟਰਨੈਸ਼ਨਲ ਲਾ ਕਹਿੰਦੇ ਹਾਂ। ਜਿਹੜਾ ਇੰਟਰਨੈਸ਼ਨਲ ਲਾ ਹੈ ਇਹਦੇ ਵਿੱਚ ਕੋਈ ਐਸ ਸੱਚ ਸੈਕਸ਼ਨਸ ਨਹੀਂ ਹੈ, ਜਿਵੇਂ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਨੇ, IPC ਹੈ, CRPC ਹੈ। ਤਾਂ ਇੰਟਰਨੈਸ਼ਨਲ ਲਾ ਦੇ ਵਿੱਚ ਕੀ ਹੈ, ਇੱਕ ਬੇਸਿਕ ਜਿਹਾ ਸਟਰਕਚਰ ਹੈ, ਇੱਕ ਰੂਲਸ ਦਿੱਤੇ ਹੋਏ ਨੇ, ਉਸ ਰੂਲਸ ਦੇ ਅਕੋਰਡਿੰਗ ਹੀ ਆਪਾਂ ਨੂੰ ਫਾਰਮੂਲੇਟ ਕਰਕੇ ਲਾਜ਼ ਨੂੰ ਇਸਟੈਬਲਿਸ਼ ਕੀਤਾ ਜਾਂਦਾ ਹੈ, ਲਾਜ਼ ਨੂੰ ਮੰਨਿਆ ਜਾਂਦਾ ਹੈ। ਸੋ ਇੰਟਰਨੈਸ਼ਨਲ ਲਾ ਐਸ ਸੱਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਉੱਤੇ ਅਪਲਾਈ ਨਹੀਂ ਹੁੰਦੇ, ਕਿਉਂਕਿ ਇਹਨਾਂ ਦੇ ਆਪਣੇ ਸੈਟ ਆਫ ਰੂਲਸ ਨੇ। ਬਟ ਜੇ ਕਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਨਾਲ ਇਸ ਤਰ੍ਹਾਂ ਦੀ ਲੜਾਈ ਹੋਵੇ ਕਿ ਕੁਝ ਕੰਟਰੀਜ਼ ਦੇ ਕੋਈ ਪ੍ਰੋਪਰ ਰਾਈਟਸ ਇਨਫਰਿੰਜ ਹੋਣ, ਤਾਂ ਉਸ ਰਾਈਟਸ ਨੂੰ ਆਪਾਂ ਲੈ ਕੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾ ਸਕਦੇ ਹਾਂ। ਤੇ ਇੰਟਰਨੈਸ਼ਨਲ ਕੋਡ ਬਾਰੇ ਆਪਾਂ ਵੀਡੀਓ ਦੇ ਵਿੱਚ ਅੱਗੇ ਪੜਾਂਗੇ। ਸੋ ਹੇਅਰ ਇਜ਼ ਦਾ ਲਿਸਟ ਆਫ ਆਲ ਇੰਪੋਰਟੈਂਟ 50 ਇੰਟਰਨੈਸ਼ਨਲ ਆਰਗੇਨਾਈਜੇਸ਼ਨਸ। ਯੂ ਕੈਨ ਈਦਰ ਟੇਕ ਸਕਰੀਨਸ਼ਾਟ ਆਫ ਦੀਸ ਟੂ ਸਲਾਈਡਸ ਔਰ ਯੂ ਕੈਨ ਅਵੇਲ ਫ੍ਰੀ PDF। ਇਨ ਦਿਸ ਵੀਡੀਓ ਆਈ ਸ਼ੈਲ ਬੀ ਕਵਰਿੰਗ ਫਸਟ 27 ਇੰਪੋਰਟੈਂਟ ਆਰਗੇਨਾਈਜੇਸ਼ਨਸ ਐਂਡ ਰੈਸਟ 23 ਵਿਲ ਬੀ ਕਵਰਡ ਇਨ ਪਾਰਟ 2। So our first important international organization is United Nations, and this one is the most important for all the exams, and you can definitely expect one or two questions from this topic. So sab to pehla apa United Nations da background jante hain, jive ki apan nu pata hai ki 1914 to 1918 tak World War 1 hui, te is nu khatam karan de layi Treaty of Versailles sign kiti gayi, ek agreement sign hoya ਜਿਹਨੂੰ ਆਪਾਂ ਪੈਰਿਸ ਪੀਸ ਕਾਨਫਰੰਸ ਵੀ ਕਹਿੰਦੇ ਹਾਂ 1919 ਦੇ ਵਿੱਚ। ਤੇ ਉਸ ਟਾਈਮ ਦੇ ਜਿਹੜੇ US ਦੇ ਪ੍ਰੈਜ਼ੀਡੈਂਟ ਸੀਗੇ ਵੁਡਰੋ ਵਿਲਸਨ, ਉਹਨਾਂ ਨੇ 14 ਪੁਆਇੰਟ ਦਿੱਤੇ ਸੀ। 14 ਪੁਆਇੰਟ ਦਾ ਮਤਲਬ ਕੀ ਹੈ ਕਿ ਉਹਨਾਂ ਨੇ ਕੁਝ ਡਿਕਲੇਰੇਸ਼ਨ ਦਿੱਤੀਆਂ ਕਿ ਜੇ ਆਪਾਂ ਇਹ ਚੀਜ਼ਾਂ ਫੋਲੋ ਕਰਾਂਗੇ ਤਾਂ ਫਿਊਚਰ ਦੇ ਵਿੱਚ ਆਪਾਂ ਵਰਲਡ ਵਾਰ ਵਰਗੀ ਦੁਬਾਰਾ ਤੋਂ ਇਸ ਤਰ੍ਹਾਂ ਦੀ ਭਿਆਨਕ ਟਾਈਮ ਨੂੰ ਆਪਾਂ ਰੋਕ ਸਕਦੇ ਹਾਂ। ਸੋ ਉਹ 14 ਪੁਆਇੰਟ ਦੇ ਵਿੱਚੋਂ ਹੀ ਇੱਕ ਪੁਆਇੰਟ ਸੀ ਲੀਗ ਆਫ ਨੇਸ਼ਨ ਦੀ ਫਾਰਮੇਸ਼ਨ। ਲੀਗ ਆਫ ਨੇਸ਼ਨ ਦੀ ਪਹਿਲੀ ਮੀਟਿੰਗ ਹੋਈ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ, ਬਟ ਇਹ ਜ਼ਿਆਦਾ ਇਫੈਕਟਿਵ ਨਹੀਂ ਰਹੀ। ਲੀਗ ਆਫ ਨੇਸ਼ਨ ਨੂੰ ਜ਼ਿਆਦਾ ਕਿਸੇ ਨੇ ਸੀਰੀਅਸ ਨਹੀਂ ਲਿਆ, ਉਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੋਈ। ਸੋ ਉਸ ਤੋਂ ਬਾਅਦ ਕੀ ਹੋਇਆ, ਵਰਲਡ ਵਾਰ 2 ਆਈ, ਤੇ ਵਰਲਡ ਵਾਰ 2 ਤੋਂ ਬਾਅਦ
एक होर अग्रीमेंट टाइप चीज तैयार की गई अटलांटिक चार्टर है जिहदा नाम इसनों अडोप्ट किया गया 25 जून 1945 दे विच ते लीग ऑफ नेशन का आइडिया उरे ड्रॉप करता ते यूनाइटेड नेशन का आइडिया उरे इमर्ज हो गया। सो जिहड़ा टर्म यूनाइटेड नेशन है वर्ड यूनाइटेड नेशन है ये पहली बारी किने कॉइन किया किने नाम रखिया उस टाइम के जिहड़े प्रेजिडेंट सी फ्रैंकलिन डी रूजवेल्ट उन्होंने नाम रखिया ते ये क्वेश्चन 2018 पीसीएस एग्जाम दे विच आया सी पंजाब पीसीएस एग्जाम। सो इस तरह के क्वेश्चन बहुत इंपॉर्टेंट होंगे हैं एंड द पोर्शन दैट आई हैव हाईलाइटेड और पुट इन बॉक्सिस आर द मोस्ट इंपॉर्टेंट एंड यू मस्ट रिमैंबर दिस फॉर एग्जाम। नैक्सट इज 1942 के होया हूँ आपने देख लिया कि यूनाइटेड नेशन का आइडिया आ गया किने नाम रखता फिर 1942 प्रॉपर एक डिक्लेयर किया गया यूनाइटेड नेशन अनाउंस किया गया ऑफिशियली यदि अनाउंसमेंट हुई 24 अक्टूबर 1945 नूं शाम नूं 4:30 बजे किने किने दी फाउंडेशन रखी तीन बहुत इंपॉर्टेंट नाम ने रूजवेल्ट यूएसए दे प्रेजिडेंट चर्चिल ब्रिटेन दे स्टालिन यूएसएसआर रशिया दे प्रेजिडेंट। सो ये तीन नाम बहुत इंपॉर्टेंट ने। नाउ फाउंडेशनल मैंबर्स किन्ने सी पांच फाउंडेशनल मैंबर से जिन्होंने नींह रखी यूनाइटेड नेशन दी ते इंडिया भी ओदा पांच मैंबर्स जो एक मैंबर सी। ऑफिशियल लैंग्वेजेस केड़ियां ने 6 ऑफिशियल लैंग्वेजेस ने अरेबिक चाइनीज इंग्लिश फ्रेंच स्पैनिश एंड रशियन। टोटल मैंबर किन्ने ने 193 ते लेटेस्ट है साउथ सूडान ये भी बहुत इंपॉर्टेंट क्वेश्चन है। वैटिकन सिटी ते पैलेस्टीन ये दो मैंबर्स नहीं है। हेड कौन है यूनाइटेड नेशन का सैक्रटेरिएट जनरल एंटोनियो गुटेरेस पोर्चुगल। बहुत बार आप एग्जाम से विच देखे है कि जिहड़ियां इंपॉर्टेंट ऑर्गेनाइजेशंस ने इन्हां दे हेड्स ते उन्हां दी कंट्री ऑफ ओरिजिन ये भी क्वेश्चन पूछे जाते हैं। सो आई हैव स्पेशली इंसर्टेड अ टेबल विच इज रिलेटेड टू द इंपॉर्टेंट ऑर्गेनाइजेशंस देयर हेडक्वार्टर्स एंड ऑल्सो देयर हेड्स विद देयर कंट्रीज ऑफ ओरिजिन इन पार्ट टू वीडियो। नाउ यूनाइटेड नेशन दे कुछ प्रिंसिपल ऑर्गन ने कुछ मेन ऑर्गनस ने ते कुछ स्पेशलाइज्ड एजेंसीज ने वन बाय वन आपां इह सारिआं नूं पढ़ांगे। सो पंज मेन ऑर्गनस किहड़े ने जनरल असैम्बली सिक्योरिटी काउंसिल इंटरनेशनल कोर्ट ऑफ जस्टिस जिहनूं आपां ICJ भी कहिंदे आ इकनोमिक एंड सोशल काउंसिल जिहनूं आपां ECOSOC भी कहिंदे आ दैन सैक्रटेरिएट। ते उरे एक बहुत इंपॉर्टेंट चीज़ नोट करन वाली है कि एक होर ऑर्गन सी पहला 6 सी ओरिजिनली बट जिहड़ा 6 सी ट्रस्टीशिप काउंसिल इहनू 1994 दे विच सस्पेंड करता क्योंकि जिस काम लई इसनू लैके आया गया सी इस ऑर्गन नू तैयार किया सी वह काम 1994 दे विच कंप्लीट हो गया सी। सो इसनू ड्रॉप करता हुण सिर्फ 5 ही मेन ऑर्गनस ने अपने कोल यूनाइटेड नेशनस दे and I have number 2, 3, 4, 5 so that you can get a complete chronological idea. Apa 1 to 50 international organizations padhange te first hogi united nation second hogi general assembly ise tarah apa 50 complete karange to make things easier for you I have numbered here like this. So hun pehla organ aa gaya UN general assembly ए मेन ऑर्गन है ते सारे मेंबर स्टेट्स इहदा पार्ट ने। बेसिकली जनरल असैम्बली की है इहनूं आपां वर्ल्ड पार्लीमेंट भी कह दिंदे आ जिवें आपां नूं पता है कि इंडिया दे विच राज्य सभा है लोक सभा है ते पार्लीमेंट है ते वर्ल्ड लैवल ते पार्लीमेंट किहड़ी है जिहड़ी कि मेन हैड है उह हैगी है जनरल असैम्बली। उरे जिन्ने भी डिस्कशनस ने डिबेट्स ने सारे वर्ल्ड इशूज़ नूं लैके उह जनरल असैम्बली दे विच हुंदियां ने ते 193 मैंबर स्टेट्स ही इहदा पार्ट ने ते हर मैंबर स्टेट कोल वोटिंग राइट है ते उरे तीन तरह के सैशन हुंदे ने जिवें आपां नूं पता है कि अपनी पार्लीमेंट विंटर सैशन हुंदा है अलग अलग तरह के सैशन हुंदे ने उसे तरह इहदे विच तीन तरह के हुंदे ने। पहला हैगा रैगूलर सैशन जिहड़ा सितंबर टू दिसंबर तक चलता है फिर हुंदा एक स्पैशल एक हुंदा एमरजेंसी जिहड़ा कि जिवें कोई वर्ल्ड लैवल ते एमरजेंसी इशू आ जावे तां 24 घंटे के अंदर अंदर इस सैशन नूं बुलाया जांदा है। जिन्नियां भी अपॉइंटमेंट्स ने मेन यूनाइटेड नेशन ऑर्गेनाइजेशन दियां उह सारियां जनरल असैम्बली दे अंडर ही हुंदियां ने ते उहनां नूं पास करन दे लई 2/3 मेजोरिटी चाहीदी हुंदी है।
ਹੁਣ ਆਪਾਂ ਕੁਝ ਰੀਸੈਂਟ ਅਪਡੇਟਸ ਦੇਖ ਲੈਂਦੇ ਹਾਂ ਕਿ ਰੀਸੈਂਟ ਕੀ ਹੋਇਆ ਜਨਰਲ ਅਸੈਂਬਲੀ ਨੂੰ ਲੈ ਕੇ। ਵੈਨੇਜ਼ੁਏਲਾ ਤੇ ਲੀਬੀਆ ਇਹ ਦੋ ਸਟੇਟਸ ਹੈ, ਕੰਟਰੀਜ਼ ਹੈ, ਜਿਨ੍ਹਾਂ ਨੂੰ ਲਾਸਟ 3 ਸਾਲਾਂ ਦੇ ਵਿੱਚ ਸਸਪੈਂਡ ਕਰਤਾ ਸੀ ਵੋਟਿੰਗ ਤੋਂ। ਉਸ ਤੋਂ ਬਾਅਦ ਜਨਰਲ ਅਸੈਂਬਲੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਮੇਨ ਏਜੰਡਾ ਹੈ ਯੂਨਾਈਟਿਡ ਟੂ ਐਂਡ ਟਿਊਬਰਕਲੋਸਿਸ, ਟੀਬੀ ਨੂੰ ਖਤਮ ਕਰਨ ਦੇ ਲਈ ਇਕੱਠੇ ਹੋਣਾ। ਜਨਰਲ ਅਸੈਂਬਲੀ ਨੇ ਅਰਜੈਂਟਲੀ ਅਨਾਊਂਸ ਕੀਤਾ ਸੀ ਕਿ ਇਹ ਗਲੋਬਲ ਐਪੀਡੈਮਿਕ ਹੈ, ਇਹ ਬਹੁਤ ਗੰਦੀ ਤਰ੍ਹਾਂ ਪੂਰੀ ਦੁਨੀਆ 'ਚ ਫੈਲ ਰਿਹਾ ਜਿਹੜੀ ਟੀਬੀ ਦੀ ਬਿਮਾਰੀ ਹੈ, ਅਤੇ ਆਪਾਂ ਇਸ ਨੂੰ 2030 ਤੱਕ ਖਤਮ ਕਰਨਾ। ਅਤੇ ਇੰਡੀਆ ਨੇ ਟੀਬੀ ਨੂੰ ਖਤਮ ਕਰਨ ਦਾ ਜਿਹੜਾ ਆਪਣਾ ਪਲੈਜ ਲਿਆ ਉਹ ਲਿਆ 2025 ਤੱਕ, 5 ਸਾਲ ਪਹਿਲਾਂ UN ਡਿਵੈਲਪਮੈਂਟ ਗੋਲ ਤੋਂ। ਸੋ ਜਨਰਲ ਅਸੈਂਬਲੀ ਬੇਸਿਕਲੀ ਹਰ ਤਰ੍ਹਾਂ ਦੇ ਮੇਨ ਮੇਨ ਇਸ਼ੂਜ਼ ਨੂੰ ਡੀਲ ਕਰਦੀ ਹੈ। ਨੈਕਸਟ ਹੈ, ਦ ਪ੍ਰੈਜ਼ੀਡੈਂਟ ਆਫ ਜਨਰਲ ਅਸੈਂਬਲੀ ਇਜ਼ ਇਲੈਕਟਿਡ ਈਚ ਈਅਰ ਬਾਏ ਅਸੈਂਬਲੀ ਟੂ ਸਰਵ ਅ 1 ਈਅਰ ਟਰਮ ਆਫ ਆਫਿਸ। ਜਿਹੜਾ ਪ੍ਰੈਜ਼ੀਡੈਂਟ ਹੈ ਜਨਰਲ ਅਸੈਂਬਲੀ ਦਾ, ਉਹ ਸਿਰਫ 1 ਸਾਲ ਲਈ ਹੀ ਅਪੁਆਇੰਟ ਕੀਤਾ ਜਾਂਦਾ ਹੈ ਅਤੇ ਹਰ ਸਾਲ ਉਹਦੀ ਇਲੈਕਸ਼ਨ ਹੁੰਦੀ ਹੈ। 6 ਮੇਨ ਕਮੇਟੀਜ਼ ਨੇ ਜਨਰਲ ਅਸੈਂਬਲੀ ਦੀਆਂ, ਜਿਵੇਂ ਕਿ ਡਿਸਆਰਮਾਮੈਂਟ ਐਂਡ ਇੰਟਰਨੈਸ਼ਨਲ ਸਿਕਿਉਰਿਟੀ, ਕੋਈ ਆਪਣੀ ਟੈਰਰਿਜ਼ਮ ਨਾਲ ਰਿਲੇਟਿਡ, ਕੋਈ ਆਪਣੇ ਹਥਿਆਰਾਂ ਨਾਲ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਰਿਲੇਟਿਡ, ਇਹ ਸਾਰੀ ਪਹਿਲੀ ਕਮੇਟੀ ਹੈ ਜਿਹਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਡਿਸਕਸ ਹੁੰਦੀਆਂ ਨੇ। ਸੈਕਿੰਡ ਕਮੇਟੀ ਹੈਗੀ ਹੈ ਜਿਹੜੀ ਕਿ ਇਕਨੋਮਿਕ ਪੈਸੇ ਵਗੈਰਾ ਨਾਲ ਰਿਲੇਟਿਡ ਚੀਜ਼ਾਂ ਨੂੰ, ਫਾਈਨੈਂਸ਼ੀਅਲ ਕੰਡੀਸ਼ਨ ਕੰਟਰੀਜ਼ ਦੀ, ਉਸਨੂੰ ਡਿਸਕਸ ਕਰਦੀ ਹੈ। ਥਰਡ ਹੈਗੀ ਹੈ ਜਿਹੜੀ ਕਲਚਰ, ਸੋਸ਼ਲ, ਇਸ ਤਰ੍ਹਾਂ ਦੇ ਟੋਪਿਕਸ ਨੂੰ। ਫੋਰਥ ਪੋਲੀਟੀਕਲ, ਫਿਫਥ ਐਡਮਿਨਿਸਟ੍ਰੇਟਿਵ ਐਂਡ ਬਜਟਰੀ ਕਿ ਕਿਸ ਕੰਟਰੀ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕਿੰਨਾ ਬਜਟ ਐਲੋਕੇਟ ਕਰਨਾ ਹੈ ਅਲੱਗ ਅਲੱਗ ਸਕੀਮਸ ਦੇ ਅੰਡਰ। ਸਿਕਸਥ ਹੈਗੀ ਹੈ ਲੀਗਲ, ਲਾਅ ਨਾਲ ਰਿਲੇਟਿਡ। ਸੋ ਬੇਸਿਕਲੀ ਹਰ ਮੈਂਬਰ ਸਟੇਟ ਦਾ ਇੱਕ ਬੰਦਾ ਇਹਨਾਂ ਕਮੇਟੀਜ਼ ਦੇ ਵਿੱਚ ਮੇਨਲੀ ਆਪਣੇ ਆਪ ਨੂੰ ਰੈਪ੍ਰਜੈਂਟ ਕਰਦਾ, ਆਪਣੀ ਕੰਟਰੀ ਨੂੰ ਰੈਪ੍ਰਜੈਂਟ ਕਰਦਾ। ਨੈਕਸਟ ਆਉਂਦੀ ਹੈ ਇੰਪੋਰਟੈਂਟ ਆਰਗਨ, UN ਸਿਕਿਉਰਿਟੀ ਕਾਊਂਸਿਲ। UN ਸਿਕਿਉਰਿਟੀ ਕਾਊਂਸਿਲ, ਵਰਲਡ ਸਿਕਿਉਰਿਟੀ ਤੋਂ ਆਪਣੇ ਦਿਮਾਗ ਵਿੱਚ ਥੋੜ੍ਹਾ ਜਿਹਾ ਆਈਡੀਆ ਆ ਰਿਹਾ ਹੈ ਕਿ ਇਹਦਾ ਕੀ ਮਤਲਬ ਹੈ। ਬੇਸਿਕਲੀ ਇਹ ਇੰਟਰਨੈਸ਼ਨਲ ਲੈਵਲ 'ਤੇ ਸ਼ਾਂਤੀ ਅਤੇ ਸਿਕਿਉਰਿਟੀ, ਸੇਫਟੀ ਬਣਾਈ ਰੱਖਣ ਦੇ ਲਈ ਕੰਟਰੀਜ਼ ਦੇ ਵਿੱਚ ਵਰਲਡ ਲੈਵਲ 'ਤੇ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਲਈ ਇੱਕ ਕਾਊਂਸਿਲ ਆਪਣੇ ਕੋਲ, ਜਿਹੜਾ ਕਿ ਪ੍ਰੋਪਰ ਧਿਆਨ ਰੱਖਦਾ ਕਿ ਸਾਰੀ ਦੁਨੀਆ ਦੇ ਵਿੱਚ, ਸਾਰੀਆਂ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਸ਼ਾਂਤੀ ਬਣੀ ਰਹੇ। ਅਤੇ ਟੋਟਲ 15 ਮੈਂਬਰ ਨੇ, 5 ਪਰਮਾਨੈਂਟ, 10 ਨੋਨ ਪਰਮਾਨੈਂਟ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, 5 ਪਰਮਾਨੈਂਟ ਮੈਂਬਰ ਕਿਹੜੇ ਨੇ? US, UK, ਰਸ਼ੀਆ, ਫਰਾਂਸ ਐਂਡ ਚਾਈਨਾ। ਅਤੇ 10 ਨੋਨ ਪਰਮਾਨੈਂਟ ਕਿਹੜੇ ਨੇ? ਇਸਟੋਨੀਆ, ਇੰਡੀਆ, ਆਇਰਲੈਂਡ, ਕੀਨੀਆ, ਮੈਕਸੀਕੋ, ਨਾਈਜਰ, ਨਾਰਵੇ, ਸੇਂਟ ਵਿਨਸੈਂਟ, ਗ੍ਰੀਨੇਡਾਈਨਸ, ਟੁਨੀਸ਼ੀਆ ਐਂਡ ਵੀਅਤਨਾਮ। ਸੋ ਇੰਡੀਆ ਆਪਾਂ ਦੇਖ ਸਕਦੇ ਹਾਂ ਕਿ ਨੋਨ ਪਰਮਾਨੈਂਟ ਮੈਂਬਰ ਹੈ। ਰੀਸੈਂਟਲੀ ਇੰਡੀਆ ਇਲੈਕਟ ਕੀਤਾ ਗਿਆ ਨੋਨ ਪਰਮਾਨੈਂਟ ਮੈਂਬਰ 8ਵੀਂ ਵਾਰੀ ਅਨਅਪੋਜ਼ਡ, ਮਤਲਬ ਕਿ ਬਹੁਤ ਜ਼ਿਆਦਾ ਮੈਜੋਰਿਟੀ ਵੋਟਿੰਗ ਨਾਲ ਜਿੱਤਿਆ ਇੰਡੀਆ। 193 ਚੋਂ 184 ਵੋਟਾਂ ਇੰਡੀਆ ਨੂੰ ਪਈਆਂ। ਇੱਕ ਹੋਰ ਬਹੁਤ ਇੰਪੋਰਟੈਂਟ ਆਪਣੇ ਕੋਲ, ਆਪਾਂ ਨੇ ਬਾਰ ਬਾਰ ਇਹ ਚੀਜ਼ ਟਰਮ ਸੁਣੀ ਹੈ ਕਰੰਟ ਅਫੇਅਰਸ ਦੇ ਵਿੱਚ ਜਾਂ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ, UNSC ਰੈਜ਼ੋਲਿਊਸ਼ਨ 1267। ਇਹ ਰੈਜ਼ੋਲਿਊਸ਼ਨ ਕੀ ਹੈ? ਬੇਸਿਕਲੀ ਜਿਹੜੀ ਸੈਂਕਸ਼ਨ ਕਮੇਟੀ ਹੈ, ਰੈਜ਼ੋਲਿਊਸ਼ਨ 1267 ਦੇ ਅੰਦਰ ਬਣਾਈ ਗਈ। ਇਹ ਸੈਂਕਸ਼ਨ ਕਮੇਟੀ ਕੀ ਹੈ? ਸੈਂਕਸ਼ਨ ਕਮੇਟੀ ਦਾ ਮਤਲਬ ਹੈ ਜਿਹੜੀ ਕਿ ਕਿਸੇ ਦੇ ਉੱਤੇ ਕੋਈ ਰਿਸਟ੍ਰਿਕਸ਼ਨਸ ਲਗਾਵੇ, ਜਿਵੇਂ ਕੋਈ ਗਲੋਬਲ ਲੈਵਲ 'ਤੇ ਕੋਈ ਪੀਸ ਜਾਂ ਸਿਕਿਉਰਿਟੀ ਨੂੰ ਜਦੋਂ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਉਹਦੇ 'ਤੇ ਜਦੋਂ ਕੋਈ ਆਪਾਂ ਬੈਨ ਲਗਾਈਏ, ਕੋਈ ਸੈਂਕਸ਼ਨਸ ਲਗਾਈਏ। ਸੈਂਕਸ਼ਨਸ ਦਾ ਮਤਲਬ ਹੈ ਬੇਸਿਕਲੀ ਕਿ ਕੋਈ ਆਪਾਂ ਉਸਨੂੰ ਰੋਕੀਏ, ਉਹਦੇ ਉੱਤੇ ਕੋਈ ਲਾਜ਼ ਇੰਪਲੀਮੈਂਟ ਕਰੀਏ। ਤਾਂ ਇੱਕ ਰੈਜ਼ੋਲਿਊਸ਼ਨ ਲਿਆ ਗਿਆ 1267 ਜਿਹਦਾ ਨਾਮ ਹੈ 1999 ਦੇ ਵਿੱਚ, ਕਿ ਜਿੰਨੇ ਵੀ ਗਲੋਬਲ ਇੰਟਰਨੈਸ਼ਨਲ ਲੈਵਲ 'ਤੇ ਮੇਨ ਟੈਰਰਿਸਟ ਗਰੁੱਪ ਨੇ ਉਹਨਾਂ ਨੂੰ ਆਪਾਂ ਰੋਕਣਾ, ਉਹਨਾਂ ਨੂੰ ਬੈਨ ਕਰਨਾ, ਉਹਨਾਂ ਦੇ ਜਿਹੜੇ ਕੰਮ ਹੈ ਉਹਨਾਂ 'ਤੇ ਆਪਾਂ ਨੇ ਚੈੱਕ ਲਗਾਉਣਾ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਰੈਜ਼ੋਲਿਊਸ਼ਨ ਦੇ ਅੰਦਰ ਇੱਕ ਕਮੇਟੀ ਤਿਆਰ ਕੀਤੀ ਗਈ। ਅਤੇ ਰੀਸੈਂਟਲੀ ਆਪਾਂ ਨੂੰ ਪਤਾ ਹੈ ਕਿ ਮਈ 2019 ਦੇ ਵਿੱਚ ਮਸੂਦ ਅਜ਼ਹਰ ਨੂੰ ਗਲੋਬਲ ਟੈਰਰਿਸਟ ਇਸੇ ਕਮੇਟੀ ਦੇ ਅੰਡਰ, ਇਸੇ ਰੈਜ਼ੋਲਿਊਸ਼ਨ ਦੇ ਅੰਡਰ ਡਿਕਲੇਅਰ ਕੀਤਾ ਗਿਆ ਸੀ ਇੰਡੀਆ ਦੀ ਡਿਮਾਂਡ 'ਤੇ। ਅਤੇ ਚਾਈਨਾ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਸੀ ਆਪਣੀ ਵੀਟੋ ਪਾਰ ਯੂਜ਼ ਕਰਕੇ, ਜਿਹੜੀ ਸਪੈਸ਼ਲ ਪਰਮਾਨੈਂਟ ਮੈਂਬਰਸ ਨੂੰ ਪਾਰ ਮਿਲਦੀ ਹੈ ਉਸਨੂੰ ਯੂਜ਼ ਕਰਕੇ ਚਾਈਨਾ ਨੇ ਅਪੋਜ਼ ਕੀਤਾ ਸੀ।
नेक्स्ट ऑन द इम्पॉर्टेंट ऑर्गन सेक्रेटेरिएट। सेक्रेटेरिएट एक एडमिनिस्ट्रेटिव काइंड दी ऑर्गेनाइजेशन है, मेन ऑर्गन है यूनाइटेड नेशन का। तो सेक्रेटेरिएट की है, ये एक सेक्रेटरी जनरल होंगे तो बहुत सारे हज़ारों की गिनती के स्टाफ होंगे जिहड़ा कि यूनाइटेड नेशन का डे टू डे का एडमिनिस्ट्रेटिव वर्क न संभालते हैं। तो जिहड़े यूनाइटेड स्टाफ मैंबर ने उन्हां नूं आपां इंटरनेशनली भी रिक्रूट करते हैं या लोकल लैवल तो भी आपां अलग अलग कंट्रीज चों लैके आउंदे हां। तो जिन्ने भी पीस की मिशन ने, जिन्ने भी शांति बना के रखने के लिए अलग अलग तरह के मिशन ने या कोई होर ड्यूटीज़ ने, वह सारे अपन उन्होंने असाइन करते हैं। सो यह बेसिकली काम है सैक्रेटेरिएट का, मेनली एडमिनिस्ट्रेशन नू संभालना यूनाइटेड नेशन की। नैक्सट ऑन द ICJ इंटरनेशनल कोर्ट ऑफ जस्टिस। ICJ बेसिकली की है, यूनाइटेड नेशन का प्रिंसीपल जुडिशियल ऑर्गन है। जिमें कि इंडिया के सुप्रीम कोर्ट है अपनी हैड, उमें इंटरनेशनल लैवल से ग्लोबल लैवल से सारिया कंट्रीज़ की सुप्रीम कोर्ट केड़ी है, ICJ इंटरनेशनल कोर्ट ऑफ जस्टिस। ये June 1945 इस्टैबलिश की गई सी, तो इन्हें अपना काम April 1946 स्टार्ट किया। इस तो पहला परमानेंट कोर्ट ऑफ इंटरनेशनल जस्टिस होंगी सी, तो जेड़ी कि 1920 वाली लीग ऑफ नेशन के अंडर बनी सी, तो ICJ ने उन्हें सक्सीड किया। ICJ उस तो बाद आए। एक बहुत ही इंपॉर्टेंट नेम है, बहुत ही ज़्यादा रिनाउंड परसन, जस्टिस दलवीर भंडारी जी। ये इंडियन ओरिजिन दे जज ने ICJ दे, ते बहुत बारी ये दोबारा दोबारा इलेक्ट हुए ने। टोटल ICJ दे विच 18 जजिस ने। नैक्सट ऑन द ECOSOC इकनोमिक एंड सोशल काउंसिल। नाम तो ही आपां नूं पता चल रहा है कि जेड़ी काउंसिल ऑर्गेनाइजेशन अलग अलग तरह के इनवायरमेंट रिलेटिड, सोशल, इकनोमिक, ये सारे इशूज़ नूं लैके पॉलिसीज बनाते हैं, फॉर्मूलेट करते हैं, अलग अलग जगह पर सबमिट्स ऑर्गेनाइज करवाते हैं। वो कौन है? ECOSOC। तो ये टोटल 54 मैंबर्स ने, तो जनरल असैम्बली है जी इलैक्ट करती है मैंबर्स। तो यू आप एक होर बहुत इंपॉर्टेंट चीज़ ये याद रखने वाली है कि हर साल जोड़ा ECOSOC है वो अपने काम नू एक स्पेशल तरह के थीम नू लैके, जिहड़ा कि थीम जिवें कोई भी लै लो, कोई फूड ना रिलेटिड, कोई हेल्थ ना रिलेटिड, इस तरह के किसी थीम नू चकते हैं, तो उन्होंने अपने साल का एक प्रॉपर टीचा तैयार करते हैं कि इस साल आपने इस थीम नू लैके ही पॉलिसीज तैयार करनिया ने, इस गोल नू अचीव करना है। सो बेसिकली हर साल ECOSOC अपना एक ग्लोबल इंपॉर्टेंस के टॉपिक नू चक के थीम तैयार करते हैं। सो एक क्वेश्चन भी एग्जाम दे विच आ सकता है कि केड़ी ऑर्गेनाइजेशन है जेड़ी कि एक अपना एनुअली थीम तैयार करती है अपने काम नू, अपने गोल्स नू, डेवलपमेंट गोल्स नू कंप्लीट करने के लिए। सो दैट ऑर्गेनाइजेशन इज ECOSOC। लास्ट इज ट्रस्टीशिप काउंसिल। दिस इज 6th ऑर्गन ऑफ यूनाइटेड नेशन। 1945 दे विच इस्टैबलिश किया गया सी। ते ट्रस्टीशिप काउंसिल है जेड़ी बेसिकली 1994 सस्पेंड करता सी ऑपरेशन, क्योंकि ये जिस काम के लिए बनी सी, जिन्या भी ट्रस्ट टैरिटरी सीगिया, जिन्या भी पहला जिवें किसी के अंडर आई हुई हैं या एक स्टेट ने दूजी स्टेट तो कोई लई हुई है, या कोई वर्ल्ड वॉर वन तो बाद कोई इंडिपेंडेंट नहीं हुई सीगिया, या किसी की अपनी कोई प्रॉपर टैरिटरी की कोई रैकोगनीशन नहीं सी, सो वो सारिया टैरिटरीज उन्हां सारियां दा काम देखण लई जिहड़े कि वर्ल्ड वॉर वन तो बाद टैरिटरीज़ नूं कोई प्रॉपर एक स्टेटस नहीं सी मिलिया, एक लीगल स्टेटस नहीं सी मिलिया, वो टैरिटरीज़ दा एज अ ट्रस्टी उन्हां दी देखरेख करदी सी ट्रस्टीशिप काउंसिल। बट 1994 जिन्नियां भी ट्रस्ट टैरिटरीज सीगियां सारियां इंडिपेंडेंट हो गया, अपनी अपनी उन्हां नूं सरकार मिल गई, अपनी लीगल स्टेटस मिल गया, सैल्फ गवर्नमेंट हो गई। सो इस तक काम खत्म हो गया, तो 1 नवंबर 1994 तो ये सारे काम सस्पेंड हो गए। हुने ऑर्गन आप नहीं मानते, हूँ प्रेजेंटली अपने को सिर्फ 5 मेन प्रिंसिपल ऑर्गनस ने यूनाइटेड नेशन के। बहुत सारिया ऑर्गेनाइजेशन देखिया आपने, हूँ कुछ स्पेशलाइज्ड एजेंसीज देखा इंटरनेशनल लैवल से जेड़िया कि ECOSOC के अंडर ही काम कर दिया ने, इकनोमिक ते सोशल बेसिकली ये दो एम्स नू लैके काम कर दिया ने। ते उन्हां विचों पहली इंपॉर्टेंट यूनाइटेड नेशन की जिहड़ी बॉडी है वह हैगी है वर्ल्ड बैंक ग्रुप।
ਟੋਟਲ ਮੈਂਬਰਸ ਕਿੰਨੇ ਨੇ 189 ਮੈਂਬਰ ਕੰਟਰੀਜ਼ ਨੇ ਤੇ ਜਿਹੜਾ ਵਰਲਡ ਬੈਂਕ ਗਰੁੱਪ ਹੈ ਇੱਕ ਪੂਰਾ ਗਰੁੱਪ ਇੱਕ ਤਾਂ ਹੈ ਇਕੱਲਾ ਵਰਲਡ ਬੈਂਕ ਇੱਕ ਹੈ ਵਰਲਡ ਬੈਂਕ ਗਰੁੱਪ ਇਹਦੇ ਵਿੱਚ ਪੰਜ ਇੰਸਟੀਟਿਊਸ਼ਨਸ ਆਉਂਦੇ ਨੇ ਤੇ ਉਹ ਪੰਜ ਇੰਸਟੀਟਿਊਸ਼ਨਸ ਕਿਹੜੇ ਕਿਹੜੇ ਨੇ IBRD ਇੰਟਰਨੈਸ਼ਨਲ ਬੈਂਕ ਫੋਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਇਹਦਾ ਕੰਮ ਕੀ ਹੈ ਲੋਨ ਦੇਣਾ ਕ੍ਰੈਡਿਟ ਦੇਣਾ ਗ੍ਰਾਂਟਸ ਦੇਣੀਆਂ ਅਲੱਗ ਅਲੱਗ ਕੰਟਰੀਜ਼ ਨੂੰ ਉਸ ਤੋਂ ਬਾਅਦ ਆਉਂਦਾ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਇਹ ਲੋ ਜਾਂ ਨੋ ਇੰਟਰਸਟ ਮਤਲਬ ਕਿ ਜ਼ੀਰੋ ਇੰਟਰਸਟ ਦੇ ਉੱਤੇ ਜਿਹੜੇ ਲੋ ਇਨਕਮ ਕੰਟਰੀਜ਼ ਨੇ ਗਰੀਬ ਦੇਸ਼ ਨੇ ਉਹਨਾਂ ਨੂੰ ਲੋਨ ਦਿੰਦੀ ਆ ਉਹਨਾਂ ਨੂੰ ਹੈਲਪ ਕਰਦੀ ਹੈ IDA ਤੀਜੀ ਆਉਂਦੀ ਹੈ IFC ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਬੇਸਿਕਲੀ ਇਹ ਸਾਰਾ ਦੇਖਦੀ ਹੈ ਕਿ ਕਿਹੜੇ ਨੇਸ਼ਨ ਨੇ ਕਿੱਥੇ ਇਨਵੈਸਟਮੈਂਟ ਕਰਨੀ ਆ ਉਹਨਾਂ ਨੂੰ ਐਡਵਾਈਸ ਕਰਨਾ ਉਹਨਾਂ ਦੀ ਐਸੈਟ ਮੈਨੇਜਮੈਂਟ ਗਵਰਨਮੈਂਟਸ ਦੀ ਕੰਪਨੀਜ਼ ਦੀ ਇਹ ਸਾਰਾ ਕੰਮ ਕੌਣ ਕਰਦਾ ਫਾਈਨੈਂਸ਼ੀਅਲ IFC ਦੈਨ ਮੀਗਾ ਮਲਟੀਲੇਟਰਲ ਗਰੰਟੀ ਏਜੰਸੀ ਇਹ ਕੀ ਕਰਦੀ ਹੈ ਪੋਲੀਟੀਕਲ ਰਿਸਕ ਵਗੈਰਾ ਤੋਂ ਬਚਾਉਂਦੀ ਹੈ ਕੰਟਰੀਜ਼ ਨੂੰ ਇਹ ਦੱਸਦੀ ਹੈ ਕਿ ਕਿੱਥੇ ਇਨਵੈਸਟਮੈਂਟ ਕਰਨੀ ਹੈ ਲੈਂਡਰਸ ਨੂੰ ਜਿਹੜੇ ਕਿ ਪੈਸਾ ਦੇ ਰਹੇ ਨੇ ਉਹਨਾਂ ਦੀ ਸ਼ਿਓਰਿਟੀ ਬਣ ਕੇ ਉਹਨਾਂ ਨੂੰ ਦੱਸਦੀ ਹੈ ਕਿ ਤੁਸੀਂ ਕਿਵੇਂ ਕਿਵੇਂ ਪੋਲੀਟੀਕਲ ਰਿਸਕ ਨੂੰ ਅਵੋਇਡ ਕਰਨਾ ਹੈ ਸਪੈਸ਼ਲੀ ਜਿਵੇਂ ਵਾਰ ਟਾਈਮ ਵਗੈਰਾ ਦੇ ਵਿੱਚ ਲਾਸਟ ਆਉਂਦਾ ਹੈ ICSID ਇੰਟਰਨੈਸ਼ਨਲ ਸੈਂਟਰ ਫਾਰ ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟ ਜਿਵੇਂ ਕਿ ਕਿਸੇ ਵੀ ਇਨਵੈਸਟਰਸ ਜਾਂ ਕਿਸੇ ਕੰਟਰੀ ਦੇ ਵਿੱਚ ਜਦੋਂ ਕੋਈ ਡਿਸਪਿਊਟ ਆਉਂਦਾ ਤਾਂ ਉਸ ਡਿਸਪਿਊਟ ਨੂੰ ਹੈਂਡਲ ਕਰਦੀ ਹੈ ICSID ਸੋ ਇਹ ਪੰਜ ਆਰਗੇਨਾਈਜੇਸ਼ਨਸ ਮਿਲ ਕੇ ਵਰਲਡ ਬੈਂਕ ਗਰੁੱਪ ਬਣਾਉਂਦੀਆਂ ਨੇ ਵਰਲਡ ਬੈਂਕ ਗਰੁੱਪ ਆਪਾਂ ਨੂੰ ਪਤਾ ਹੈ ਕਿ ਵਰਲਡ ਬੈਂਕ ਗਰੁੱਪ ਜਿਹੜੀ ਕਿ ਇਹਦਾ ਬੈਕਗ੍ਰਾਉਂਡ ਕੀ ਹੈ ਇਹ ਕਿੱਥੋਂ ਐਮਰਜ ਹੋਇਆ ਬ੍ਰੈਟਨ ਵੁੱਡ ਕਾਨਫਰੰਸ ਇਹ ਬਹੁਤ ਇੰਪੋਰਟੈਂਟ ਨੇਮ ਹੈ ਬ੍ਰੈਟਨ ਵੁੱਡ ਕਾਨਫਰੰਸ ਤੋਂ ਇਹ ਵਰਲਡ ਬੈਂਕ ਦਾ ਜਿਹੜਾ ਆਈਡੀਆ ਇਹ ਐਮਰਜ ਹੋਇਆ ਤੇ ਵਰਲਡ ਵਾਰ 2 ਤੋਂ ਬਾਅਦ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਆਪਾਂ ਨੇ ਜਿਹੜੀ ਕੰਟਰੀਜ਼ ਨੇ ਸਾਰੇ ਵਰਲਡ ਦੇ ਵਿੱਚ ਹਰ ਗਲੋਬਲ ਲੈਵਲ ਤੇ ਇੰਨੀ ਸਾਰੀ ਫਾਈਨੈਂਸ਼ੀਅਲੀ ਮੋਨੀਟਰੀ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਨੇ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਇੱਕ ਆਪਾਂ ਨੂੰ ਠੋਸ ਇੱਕ ਸਟਰੋਂਗ ਬਾਡੀ ਚਾਹੀਦੀ ਹੈ ਜਿਹੜੀ ਕਿ ਦੇਖੂਗੀ ਕਿ ਕਿਹੜੀ ਕੰਟਰੀ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਕਿੱਥੇ ਕਿੰਨੇ ਪੈਸੇ ਚਾਹੀਦੇ ਹੈ ਕਿੰਨੇ ਲੋਨਸ ਚਾਹੀਦੇ ਨੇ ਕਿਸੇ ਦੇ ਕੋਈ ਡਿਵੈਲਪਮੈਂਟਲ ਕੋਈ ਇਨਫਰਾਸਟ੍ਰਕਚਰਲ ਪ੍ਰੋਜੈਕਟਸ ਨੇ ਉਹਨਾਂ ਦੇ ਵਿੱਚ ਮਨੀ ਇਨਵੈਸਟ ਕਰਨੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਨ ਦੇ ਲਈ ਬ੍ਰੈਟਨ ਵੁੱਡ ਕਾਨਫਰੰਸ ਰੱਖੀ ਗਈ ਤੇ ਇਸ ਕਾਨਫਰੰਸ ਦੇ ਵਿੱਚੋਂ ਦੋ ਮੇਨ ਬਾਡੀਜ਼ ਇਮਰਜ ਹੋਈਆਂ ਇੱਕ IBRD ਇੱਕ IMF ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਬ੍ਰੈਟਨ ਵੁੱਡ ਕਾਨਫਰੰਸ ਦੇ ਵਿੱਚੋਂ ਦੋ ਕਿਹੜੀਆਂ ਮੇਨ ਅਕੰਪਲਿਸ਼ਮੈਂਟ ਸੀ ਕਿਹੜੀਆਂ ਦੋ ਮੇਨ ਉਹਨਾਂ ਨੇ ਚੀਜ਼ਾਂ ਨੂੰ ਹਾਸਲ ਕੀਤਾ ਮੇਨ ਪ੍ਰਾਪਤੀਆਂ IMF ਤੇ IBRD ਹੁਣ ਸਭ ਤੋਂ ਪਹਿਲਾਂ ਆਪਾਂ ਪੜਾਂਗੇ IBRD ਬਾਰੇ IBRD ਨੂੰ ਆਪਾਂ ਵਰਲਡ ਬੈਂਕ ਹੀ ਕਹਿ ਦਿੰਦੇ ਹਾਂ ਜਿਹੜਾ ਵਰਲਡ ਬੈਂਕ ਗਰੁੱਪ ਹੈ ਉਹਦੇ ਵਿੱਚ ਪੰਜ ਅਲੱਗ ਅਲੱਗ ਤਰ੍ਹਾਂ ਦੀਆਂ ਬਾਡੀਜ਼ ਨੇ ਬਟ ਜੇ ਆਪਾਂ ਇਕੱਲਾ ਵਰਲਡ ਬੈਂਕ ਜਦੋਂ ਵੀ ਆਪਾਂ ਇਹ ਵਰਡ ਯੂਜ਼ ਕਰਦੇ ਹਾਂ ਇਹ ਨਾਮ ਯੂਜ਼ ਕਰਦੇ ਹਾਂ ਤਾਂ ਉਹਦਾ ਮਤਲਬ ਹੁੰਦਾ ਹੈ IBRD ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ 1944 ਦੇ ਵਿੱਚ ਇਹ ਫਾਊਂਡ ਹੋਇਆ ਜਿਹੜਾ ਬੈਂਕ ਹੈ ਇਹ ਸਿਰਫ ਕਿਹਨੂੰ ਫਾਈਨੈਂਸ ਕਰਦਾ ਹੈ ਕਿਹਨੂੰ ਇਹ ਹੈਲਪ ਕਰਦਾ ਹੈ ਕਿਹਨੂੰ ਪੈਸੇ ਦਿੰਦਾ ਹੈ ਇਹ ਸਿਰਫ ਸੋਵਰਨ ਗਵਰਨਮੈਂਟਸ ਨੂੰ ਹੀ ਫਾਈਨੈਂਸ ਕਰਦਾ ਹੈ ਅੱਜ ਆਪਾਂ ਨੂੰ ਪਤਾ ਹੈ ਕਿ IBRD ਹੈ ਜਿਹੜਾ ਇਹਦਾ ਮੇਨ ਫੋਕਸ ਕੀ ਹੈ ਕਿ ਜਿਹੜੀਆਂ ਮਿਡਲ ਇਨਕਮ ਕੰਟਰੀਜ਼ ਨੇ ਕੋਈ ਡਿਵੈਲਪਿੰਗ ਕੰਟਰੀਜ਼ ਨੇ ਜਿਵੇਂ ਕਿ ਇੰਡੀਆ ਇੰਡੋਨੇਸ਼ੀਆ ਥਾਈਲੈਂਡ ਇਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਇਨਵੈਸਟਮੈਂਟ ਦੇ ਲਈ ਪੈਸੇ ਦੇਣੇ ਲਾਰਜ ਇਨਫਰਾਸਟ੍ਰਕਚਰ ਬਿਲਡਿੰਗ ਪ੍ਰੋਜੈਕਟਸ ਦੇ ਲਈ ਹੈਲਪ ਕਰਨੀ ਇਹ ਸਾਰਾ ਕੁਝ ਕੌਣ ਦੇਖਦਾ ਹੈ IBRD ਕਿਸੇ ਵੀ ਕੰਟਰੀ ਨੂੰ ਜਦੋਂ ਵੀ ਵੱਡੇ ਲੈਵਲ ਤੇ ਛੋਟੇ ਲੈਵਲ ਤੇ ਪੈਸਿਆਂ ਦੀ ਜ਼ਰੂਰਤ ਹੈ ਤਾਂ IBRD ਹੈਲਪ ਕਰਦੀ ਹੈ IBRD ਦੇ ਨਾਲ ਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਆਰਗੇਨਾਈਜੇਸ਼ਨ ਐਮਰਜ ਹੋਈ ਉਹ ਸੀਗੀ IMF ਇੰਟਰਨੈਸ਼ਨਲ ਮੋਨੀਟਰੀ ਫੰਡ ਇਹ ਵੀ ਬ੍ਰੈਟਨ ਵੁੱਡ ਕਾਨਫਰੰਸ ਨਿਊ ਹੈਮਸ਼ਾਇਰ US ਦੇ ਵਿੱਚ ਹੀ July 1944 ਦੇ ਵਿੱਚ ਕਨਸੀਵ ਕੀਤੀ ਗਈ ਤੇ ਜਦੋਂ ਬ੍ਰੈਟਨ ਵੁੱਡ ਸਿਸਟਮ ਸੀ ਜਿਹੜਾ ਫਿਕਸਡ ਐਕਸਚੇਂਜ ਰੇਟ ਦਾ ਸਿਸਟਮ ਉਹ 1971 ਦੇ ਵਿੱਚ ਕਲੈਪਸ ਹੋ ਗਿਆ ਜ਼ਿਆਦਾ ਯੂਸਫੁਲ ਨਹੀਂ ਰਿਹਾ ਤਾਂ IMF ਨੇ ਕੀ ਕੀਤਾ ਇੱਕ ਹੋਰ ਸਿਸਟਮ ਪ੍ਰਮੋਟ ਕੀਤਾ ਫਲੋਟਿੰਗ ਐਕਸਚੇਂਜ ਰੇਟ ਦਾ ਫਲੋਟਿੰਗ ਐਕਸਚੇਂਜ ਰੇਟ ਦੇ ਵਿੱਚ ਕੀ ਹੈ ਕਿ ਜਿੰਨੀਆਂ ਵੀ ਕੰਟਰੀਜ਼ ਨੇ ਉਹ ਫ੍ਰੀ ਨੇ ਕਿ ਉਹ ਚੂਜ਼ ਕਰ ਸਕਦੀਆਂ ਨੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਕਿਸ ਤਰ੍ਹਾਂ ਦੇ ਨਾਲ ਆਪਣਾ ਐਕਸਚੇਂਜ ਕਰਨਾ ਹੈ ਮਤਲਬ ਕਿ ਜਿਹੜੀਆਂ ਮਾਰਕੀਟ ਫੋਰਸਿਸ ਨੇ ਉਹ ਡਿਟਰਮਾਈਨ ਕਰਨਗੀਆਂ ਕਿ ਉਹਨਾਂ ਦੀ ਕਰੰਸੀ
ਇੱਕ country ਦੀ currency ਦੂਜੀ country ਦੀ currency ਦੇ ਮੁਕਾਬਲੇ ਕਿੰਨੀ value ਦੀ ਹੋਊਗੀ, ਜਿਵੇਂ ਪਹਿਲਾਂ ਕੀ ਸੀ fixed ਸੀਗੀਆਂ ਚੀਜ਼ਾਂ fixed rate ਸੀਗਾ fixed currency ਸੀਗੀਆਂ, ਹੁਣ floating exchange rate ਦੇ ਵਿੱਚ ਇੱਕ flexible approach start ਕੀਤੀ ਗਈ। ਸੋ 2008 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ global economic crisis ਆਇਆ, ਬਹੁਤ ਜ਼ਿਆਦਾ world level ਤੇ economically problems ਆਈਆਂ, ਕੰਟਰੀਜ਼ ਨੂੰ ਬਹੁਤ ਜ਼ਿਆਦਾ ਘਾਟੇ ਹੋਏ, ਤਾਂ IMF ਨੇ ਕੀ ਕੀਤਾ, ਕੁਛ ਮੇਜਰ ਇਨੀਸ਼ੀਏਟਿਵਸ ਲਏ ਕਿ ਕਿਸ ਤਰ੍ਹਾਂ ਆਪਾਂ ਨੇ ਗਲੋਬਲ ਲੈਵਲ ਤੇ ਵਰਲਡ ਨੂੰ ਆਪਸ ਦੇ ਵਿੱਚ ਇੰਟਰਕਨੈਕਟ ਕਰਕੇ ਇੱਕ ਸਟਰੋਂਗ ਫਾਈਨੈਂਸ਼ੀਅਲ ਸਟਰਕਚਰ ਤਿਆਰ ਕਰਨਾ। ਤੇ ਜਿਹੜਾ IMF ਹੈ ਇਹਦੀ ਕਿਸ ਤਰ੍ਹਾਂ ਨਾਲ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਇਹਨੂੰ ਕੌਣ ਚਲਾਉਂਦਾ? ਬੇਸਿਕਲੀ ਬੋਰਡ ਆਫ ਗਵਰਨਰਸ ਨਾਮ ਦੀ ਬਾਡੀ ਹੈ ਜਿਹੜੀ ਕਿ ਚਲਾਉਂਦੀ ਹੈ, ਇੱਕ ਗਵਰਨਰ ਹੁੰਦਾ ਤੇ ਨਾਲ ਇੱਕ ਆਲਟਰਨੇਟ ਗਵਰਨਰ ਵੀ ਹੁੰਦਾ ਹਰ ਮੈਂਬਰ ਕੰਟਰੀ ਦਾ ਆਪਣਾ, ਤੇ ਹਰ ਮੈਂਬਰ ਕੰਟਰੀ ਹੈ ਜਿਹੜੀ ਆਪਣੇ ਦੋ ਗਵਰਨਰ ਅਪੁਆਇੰਟ ਕਰ ਸਕਦੀ ਹੈ। ਤੇ ਜਿਹੜੀ ਬੋਰਡ ਆਫ ਗਵਰਨਰ ਹੈ ਇਹ ਇਕੱਲੇ ਤਾਂ ਸਾਰਾ ਕੰਮ ਕਰ ਨਹੀਂ ਸਕਦੇ, ਇਹਨਾਂ ਨੂੰ ਹੈਲਪ ਕਰਨ ਦੇ ਲਈ ਦੋ ਕਮੇਟੀਜ਼ ਨੇ, ਇੱਕ ਹੈਗੀ ਹੈ IMF ਕਮੇਟੀ, ਇੰਟਰਨੈਸ਼ਨਲ ਮੋਨੀਟਰੀ ਐਂਡ ਫਾਈਨੈਂਸ਼ੀਅਲ ਕਮੇਟੀ, ਦੂਜੀ ਹੈਗੀ ਹੈ ਡਿਵੈਲਪਮੈਂਟ ਕਮੇਟੀ। ਜਿਹੜੀ IMF ਦੀ ਮੈਂਬਰਸ਼ਿਪ ਹੈ, ਜੇ ਕਿਸੇ ਨੇ IMF ਦੀ ਮੈਂਬਰਸ਼ਿਪ ਲੈਣੀ ਹੈ ਤਾਂ ਪਹਿਲਾਂ ਉਹਨੂੰ IBRD ਮੈਂਬਰਸ਼ਿਪ ਲੈਣੀ ਪਊਗੀ। ਜਿਹੜਾ ਵੀ ਕੰਟਰੀ IBRD ਦਾ ਮੈਂਬਰ ਹੈ ਉਹ ਆਟੋਮੈਟਿਕਲੀ IMF ਦਾ ਮੈਂਬਰ ਬਣ ਜਾਊ। ਸੋ IMF ਦਾ ਮੈਂਬਰ ਬਣਨ ਦੇ ਲਈ ਕੀ ਚਾਹੀਦਾ ਹੈ? ਇੱਕ ਕੋਟਾ ਸਬਸਕ੍ਰਿਪਸ਼ਨ ਚਾਹੀਦੀ ਹੈ। ਕੋਟਾ ਸਬਸਕ੍ਰਿਪਸ਼ਨ ਦਾ ਮਤਲਬ ਹੈ ਕਿ ਹਰ ਕੰਟਰੀ ਨੂੰ ਇੱਕ ਸਮ ਆਫ ਮਨੀ ਕੰਟਰੀਬਿਊਟ ਕਰਨਾ ਪੈਂਦਾ, ਕੁਝ ਪੈਸੇ ਦੇਣੇ ਪੈਂਦੇ ਨੇ ਮੈਂਬਰਸ਼ਿਪ ਲੈਣ ਦੇ ਲਈ IMF ਦੀ। ਤੇ ਉਹ ਜਿਹੜੀ ਸਮ ਆਫ ਮਨੀ ਹੈ ਉਹ ਕਾਹਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਹ ਕੰਟਰੀ ਦੇ ਕੋਲ ਕਿੰਨਾ ਪੈਸਾ ਹੈ, ਇਕਨੋਮਿਕ ਪਰਫਾਰਮੈਂਸ ਕਿੰਨੀ ਹੈ, ਇੱਕ ਪ੍ਰੋਪਰ ਫਾਰਮੂਲੇ ਦੇ ਅਕੋਰਡਿੰਗ ਕੈਲਕੂਲੇਟ ਕੀਤਾ ਜਾਂਦਾ ਹੈ। ਜਿਵੇਂ ਕਿ ਉਰੇ ਆਪਾਂ ਦੇਖ ਸਕਦੇ ਹਾਂ ਕਿ ਉਸ ਕੰਟਰੀ ਦੀ GDP ਕਿੰਨੀ ਹੈ, ਉਹਦੀ 50% ਵੈਲਿਊ ਦੇਖੀ ਜਾਊ, ਫਿਰ ਉਸ ਕੰਟਰੀ ਕੋਲ ਕਿੰਨੇ ਇਕਨੋਮਿਕ ਇੰਟਰਨੈਸ਼ਨਲ ਰਿਜ਼ਰਵਸ ਨੇ, ਇਹ ਸਾਰਾ ਕੁਝ ਦੇਖ ਕੇ ਪ੍ਰੋਪਰ ਮਾਰਕੀਟ ਐਕਸਚੇਂਜ ਰੇਟ ਦੇ ਉੱਤੇ ਜਾਂ PPP ਐਕਸਚੇਂਜ ਰੇਟ ਦੇ ਉੱਤੇ ਇੱਕ ਮੈਜਰ ਕੀਤਾ ਜਾਊ, ਕੈਲਕੂਲੇਸ਼ਨ ਹੋਊਗੀ, ਫਿਰ ਜਿਹੜੀ ਅਮਾਊਂਟ ਨਿਕਲ ਕੇ ਆਊਗੀ ਓਨੀ ਅਮਾਊਂਟ ਦੇਣੀ ਪਊਗੀ IMF ਨੂੰ। ਹੁਣ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਡਰਾਇੰਗ ਰਾਈਟਸ ਦੀ। ਸਪੈਸ਼ਲ ਡਰਾਇੰਗ ਰਾਈਟਸ ਨੂੰ ਬਹੁਤ ਵਾਰੀ ਲੋਕ ਸਮਝ ਲੈਂਦੇ ਨੇ ਕਿ ਇਹ IMF ਦੀ ਆਪਣੀ ਕੋਈ ਕਰੰਸੀ ਹੈ, ਬਟ ਇਟ ਇਜ਼ ਨੋਟ ਅ ਕਰੰਸੀ ਆਫ IMF, ਬੇਸਿਕਲੀ ਇੱਕ ਯੂਨਿਟ ਆਫ ਅਕਾਊਂਟ ਹੈ। ਇੱਕ ਸਭ ਜਿਵੇਂ ਕੋਈ ਵੀ ਕੰਟਰੀ ਹੈ ਜਿਹੜੀ ਕਿ IMF ਤੋਂ ਹੈਲਪ ਲੈਣਾ ਚਾਹੁੰਦੀ ਹੈ, ਤਾਂ ਜਿਹੜੀ ਉਹਦੀ ਆਪਣੀ ਕੋਈ ਪ੍ਰੈਜੈਂਟ ਕਰੰਸੀ ਹੈ, ਕੋਈ ਪ੍ਰੈਜੈਂਟ ਮਨੀ ਰਿਜ਼ਰਵ ਨੇ, ਤਾਂ ਉਸ ਦੀ ਬਜਾਏ ਸਪੈਸ਼ਲ ਡਰਾਇੰਗ ਰਾਈਟਸ ਜਿਹੜੀ ਇਸ ਦੀ ਵੈਲਿਊ ਬਣੂਗੀ ਉਹਦੇ ਅਕੋਰਡਿੰਗ ਹੀ ਹੈਲਪ ਦਿੱਤੀ ਜਾਊਗੀ ਤੇ ਲਈ ਜਾਊਗੀ। ਮਤਲਬ ਕਿ ਕੁਝ ਸੈੱਟ ਆਫ ਰੂਲਸ ਤਿਆਰ ਕੀਤੇ ਗਏ ਨੇ ਕਿ ਜਿਵੇਂ US ਡਾਲਰ ਦੇ ਵਿੱਚ ਐਕਸਚੇਂਜ ਰੇਟ ਹੈ ਜਿਹੜਾ ਉਹ US ਡਾਲਰ ਦੇ ਵਿੱਚ ਹੋਊਗਾ। ਸੋ ਐਵੇਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ, ਸੈੱਟ ਆਫ ਪ੍ਰੋਟੋਕਾਲਸ ਤਿਆਰ ਕੀਤੇ ਗਏ ਨੇ ਜਿਹਦੇ ਅੰਡਰ ਹੀ IMF ਵਰਕ ਕਰਦਾ, IMF ਕੰਮ ਕਰਦਾ। ਤੇ SDR ਬਾਸਕਿਟ ਦੇ ਅੰਦਰ 6 ਤਰ੍ਹਾਂ ਦੀਆਂ IMF ਦੇ ਵਿੱਚ ਕੁਝ ਕਰੰਸੀਜ਼ ਨੇ ਜਿਨ੍ਹਾਂ ਨੂੰ ਕਿ SDR ਬਾਸਕਿਟ ਦੇ ਅੰਦਰ ਇਨਕਲੂਡ ਕੀਤਾ ਗਿਆ, ਉਹ ਹੈਗੀਆਂ ਨੇ US ਡਾਲਰ, ਯੂਰੋ, ਜੈਪਨੀਜ਼ ਯੈਨ, ਪਾਊਂਡ ਸਟਰਲਿੰਗ, ਚਾਈਨੀਜ਼ ਰੈਨਮਿਨਬੀ। ਜਿਹੜੀ ਚਾਈਨੀਜ਼ ਰੈਨਮਿਨਬੀ ਹੈ ਇਹਨੂੰ 2016 ਦੇ ਵਿੱਚ ਇਨਕਲੂਡ ਕੀਤਾ ਗਿਆ। ਸੋ SDR ਕਰੰਸੀ ਵੈਲਿਊ ਕੀ ਹੈ, ਇਹ ਡੇਲੀ ਕੈਲਕੂਲੇਟ ਕੀਤੀ ਜਾਂਦੀ ਹੈ ਤੇ ਹਰ 5 ਸਾਲ ਬਾਅਦ ਜਿਹੜੀ ਇਹਦੀ ਵੈਲਿਊ ਹੈ ਉਸਨੂੰ ਰਿਵਿਊ ਕਰਕੇ ਐਡਜਸਟ ਕੀਤਾ ਜਾਂਦਾ। ਤੇ ਜਿਹੜੇ ਕੋਟਾਜ਼ ਨੇ ਜਿਹੜੇ ਕਿ SDR ਦੇ ਵਿੱਚ ਆਪਾਂ ਡਿਨੋਮੀਨੇਟ ਕਰਦੇ ਹਾਂ, ਐਕਸਪ੍ਰੈਸ ਕਰਦੇ ਹਾਂ, ਤੇ ਉਹ ਕੀ ਰੈਪ੍ਰਜੈਂਟ ਕਰਦੇ ਨੇ, ਉਹ ਇਹ ਦੱਸਦੇ ਨੇ ਕਿ ਜਿਹੜੀਆਂ IMF ਦੀਆਂ ਮੈਂਬਰ ਕੰਟਰੀਜ਼ ਨੇ ਉਹ ਕਿੰਨਾ ਪੈਸਾ, ਕਿੰਨੀ ਕਰੰਸੀ, ਕਿਸ ਲੈਵਲ ਤੱਕ ਉਹ ਆਪਸ ਦੇ ਵਿੱਚ ਇੱਕ ਕੰਟਰੀ ਤੋਂ ਜਦੋਂ IMF ਤੋਂ ਹੈਲਪ ਲੈਣੀ ਹੈ ਤਾਂ ਕਿਵੇਂ ਰੈਪ੍ਰਜੈਂਟ ਕਰਕੇ ਕੈਲਕੂਲੇਸ਼ਨ ਕਰਕੇ ਕਿੰਨਾ ਪੈਸਾ ਲੈ ਸਕਦੀਆਂ ਨੇ, ਕਿੰਨੀ ਐਕਸਚੇਂਜ ਵੈਲਿਊ ਬਣਦੀ ਹੈ ਇੱਕ ਕੰਟਰੀ ਦੀ IMF ਦੇ ਰਿਗਾਰਡਿੰਗ। ਨੈਕਸਟ ਇੰਪੋਰਟੈਂਟ 10th ਇੰਟਰਨੈਸ਼ਨਲ ਆਰਗਨਾਈਜੇਸ਼ਨ ਇਜ਼ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ, ਜਿਹਨੂੰ ਆਪਾਂ FAO ਵੀ ਕਹਿੰਦੇ ਹਾਂ। 1945 ਦੇ ਵਿੱਚ ਇਹ ਇਸਟੈਬਲਿਸ਼ ਕੀਤੀ ਗਈ ਕਿਊਬੈਕ ਸਿਟੀ ਕੈਨੇਡਾ ਦੇ ਵਿੱਚ। ਤੇ ਜਿਹੜੀ FAO ਹੈ ਇਹ ਸਪੈਸ਼ਲਾਈਜ਼ਡ ਏਜੰਸੀ ਹੈ, ਮਤਲਬ ਕਿ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨ ਦੇ ਅੰਡਰ ਹੀ ਕੰਮ ਕਰਕੇ ਇਹ ਐਫਰਟਸ ਕਰਦੀ ਹੈ ਕਿ ਆਪਾਂ ਨੇ ਕਿਸ ਤਰ੍ਹਾਂ ਨਾਲ ਭੁੱਖ ਨੂੰ ਖਤਮ ਕਰਨਾ, ਟੂ ਡਿਫੀਟ ਹੰਗਰ।
ਤੇ ਬਹੁਤ ਸਾਰੇ ਟਾਈਮ ਟੂ ਟਾਈਮ ਇਹ ਲੋਕਾਂ ਨੂੰ ਅਵੇਅਰਨੈਸ ਵੀ ਦਿੰਦੀ ਹੈ, ਇਨਫੋਰਮੇਸ਼ਨ ਵੀ ਦਿੰਦੀ ਹੈ, ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਜਾ ਕੇ ਸਬਮਿਟਸ ਵੀ ਆਰਗੇਨਾਈਜ਼ ਕਰਦੀ ਹੈ ਕਿ ਕਿਵੇਂ ਆਪਾਂ ਨੇ ਇੰਪਰੂਵ ਕਰਨਾ ਐਗਰੀਕਲਚਰ ਨੂੰ, ਮਾਡਰਨਾਈਜੇਸ਼ਨ ਕਿਵੇਂ ਲੈ ਕੇ ਆਉਣੀ ਹੈ, ਇੱਕ ਗੁੱਡ ਨਿਊਟ੍ਰੀਸ਼ਨ ਤੇ ਫੂਡ ਸਿਕਿਉਰਿਟੀ ਦੀ ਕੀ ਵੈਲਿਊ ਹੈ, ਉਹ ਸਾਰਾ ਕੁਝ FAO ਦੇਖਦੀ ਹੈ। ਨੈਕਸਟ ਆਉਂਦਾ ਇੰਟਰਪੋਲ। ਇੰਟਰਪੋਲ ਕੀ ਹੈ? ਇਹ ਵਰਲਡ ਦੀ ਸਭ ਤੋਂ ਵੱਡੀ ਪੁਲਿਸ ਦੀ ਆਰਗੇਨਾਈਜੇਸ਼ਨ ਹੈ। 194 ਮੈਂਬਰ ਕੰਟਰੀਜ਼ ਨੇ ਇੰਟਰਪੋਲ ਦੀਆਂ। ਇਹ ਜਿਵੇਂ ਆਪਾਂ ਕਹਿ ਲਓ ਕਿ ਆਪਣੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈੱਡ ਹੈ ਪੁਲਿਸ, ਉਹ ਕੌਣ ਹੈ? ਇੰਟਰਪੋਲ। 1923 ਦੇ ਵਿੱਚ ਇਹ ਇਸਟੈਬਲਿਸ਼ ਕੀਤੀ ਗਈ। ਮੇਨ ਇਹਦਾ ਓਬਜੈਕਟਿਵ ਕੀ ਹੈ, ਇੰਟਰਪੋਲ ਕਿਉਂ ਬਣੀ? ਤਾਂ ਕਿ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਰੱਖੀ ਜਾਵੇ। ਮਤਲਬ ਜਿਵੇਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਕੋਈ ਕ੍ਰਾਈਮ ਕਰਕੇ ਚਲਾ ਜਾਂਦਾ ਹੈ, ਤਾਂ ਉੱਥੋਂ ਦੇ ਰੂਲਸ ਦੇ ਅਕੋਰਡਿੰਗ ਜਾਂ ਜਿਹੜੀ ਹੋਮ ਕੰਟਰੀ ਹੈ ਉਸ ਕ੍ਰਿਮੀਨਲ ਦੀ, ਤਾਂ ਉਸ ਕਿਵੇਂ ਸਾਰਾ ਕੁਝ ਆਪਸ ਦੇ ਵਿੱਚ ਕੋਆਪਰੇਟ ਕਰਕੇ ਆਪਾਂ ਨੇ ਡਿਪਲੋਮੈਟਿਕ ਰਿਲੇਸ਼ਨਸ ਦਾ ਧਿਆਨ ਰੱਖ ਕੇ ਉਹ ਸਾਰਾ ਕੁਝ ਆਪਾਂ ਨੇ ਦੇਖ ਕੇ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਕਿਵੇਂ ਕਰਨੀ ਹੈ। ਇੱਕ ਕੰਟਰੀ ਦੀ ਪੁਲਿਸ ਦੀ ਦੂਜੀ ਕੰਟਰੀ ਦੀ ਜਿਹੜੀ ਪੁਲਿਸ ਹੈ ਉਹਦੇ ਨਾਲ ਆਪਸ ਵਿੱਚ ਤਾਲਮੇਲ ਰੱਖਣਾ, ਇਹ ਸਾਰੀਆਂ ਚੀਜ਼ਾਂ ਕੌਣ ਦੇਖਦਾ? ਇੰਟਰਪੋਲ। 12th ਆਰਗੇਨਾਈਜੇਸ਼ਨ ਆਉਂਦੀ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ILO ਵੀ ਕਹਿੰਦੇ ਹਾਂ। ਬੇਸਿਕਲੀ ਲੇਬਰ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਹਦਾ ਮੇਨ ਕੰਮ ਕੀ ਹੈ, ਕਿ ਕਿਵੇਂ ਆਪਾਂ ਨੇ ਸੋਸ਼ਲ ਜਸਟਿਸ ਲੈ ਕੇ ਆਉਣਾ ਤੇ ਡੀਸੈਂਟ ਵਰਕ, ਮਤਲਬ ਕਿ ਹੈਜ਼ਾਰਡੀਅਸ, ਕਿਸੇ ਨੂੰ ਕੋਈ ਨੁਕਸਾਨਦੇਹ ਕੰਮ ਨਾ ਹੋਵੇ, ਕਿਸੇ ਨੂੰ ਕੋਈ ਗਲਤ ਕੰਡੀਸ਼ਨ 'ਚ ਕੰਮ ਨਾ ਕਰਨਾ ਪਵੇ, ਲੇਬਰ ਲਾਸ ਦਾ ਕੀ ਧਿਆਨ ਹੈ, ਕਿੱਥੇ ਕਿਹੜੀ ਕੰਟਰੀ 'ਚ ਕਿਸ ਸਟੈਂਡਰਡ ਦੇ ਇੰਟਰਨੈਸ਼ਨਲ ਲੇਬਰ ਰੂਲਸ ਨੇ ਜਿਹੜੇ ਉਹ ਫੋਲੋ ਕੀਤੇ ਜਾਂਦੇ ਨੇ, ਇਹ ਸਾਰਾ ਕੁਝ ILO ਦੇਖਦੀ ਹੈ। ਇਹ 1919 ਦੇ ਵਿੱਚ ਲੀਗ ਆਫ ਨੇਸ਼ਨ ਦਾ ਹੀ ਇੱਕ ਪਾਰਟ ਸੀ, ਏਜੰਸੀ ਸੀ, ਤੇ ਇਹਨੂੰ 1919 'ਚ ਕ੍ਰੀਏਟ ਕੀਤਾ ਗਿਆ ਜਦੋਂ ਯੂਨਾਈਟਿਡ ਨੇਸ਼ਨ ਅਗਰੀਮੈਂਟ ਸਾਈਨ ਕੀਤਾ ਗਿਆ। ਜਿਹੜੀ ILO ਹੈ ਇਹ ਪਹਿਲੀ ਯੂਨਾਈਟਿਡ ਨੇਸ਼ਨ ਦੀ ਸਪੈਸ਼ਲਿਸਟ ਏਜੰਸੀ ਬਣੀ ਸੀ 1946 ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਫਸਟ ਯੂਨਾਈਟਿਡ ਨੇਸ਼ਨ ਸਪੈਸ਼ਲਿਸਟ ਏਜੰਸੀ ਕਿਹੜੀ ਹੈ? ILO। ਤੇ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਇਸਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ ਇਹਦੀ 50th ਐਨੀਵਰਸਰੀ ਤੇ 1969 ਦੇ ਵਿੱਚ। ਬਿਕੋਜ਼ ਇਹ ਇਨੀਸ਼ੀਅਲੀ 1919 'ਚ ਆਈ ਸੀ ਤਾਂ ਇਹਦੀ 50th ਐਨੀਵਰਸਰੀ 69 ਦੇ ਵਿੱਚ ਬਣੀ। 13th ਆਰਗੇਨਾਈਜੇਸ਼ਨ ਇਜ਼ ਯੂਨੈਸਕੋ। ਯੂਨੈਸਕੋ ਦਾ ਫੁੱਲ ਫਾਰਮ ਕੀ ਹੈ? ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। 1945 ਦੇ ਵਿੱਚ ਇਹ ਫਾਊਂਡ ਹੋਈ ਤੇ ਮੇਨ ਇਹਦਾ ਏਮ ਕੀ ਹੈ? ਇੰਟਲੈਕਚੁਅਲ ਤੇ ਮੋਰਲ ਸੋਲੀਡੈਰਿਟੀ ਆਫ ਮੈਨਕਾਈਂਡ ਐਜ਼ ਮੀਨਸ ਆਫ ਬਿਲਡਿੰਗ ਲਾਸਟਿੰਗ ਪੀਸ। ਬੇਸਿਕਲੀ ਸਿੰਪਲ ਟਰਮ ਦੇ ਵਿੱਚ ਇਹਦਾ ਮਤਲਬ ਹੈ ਕਿ ਜ਼ਿਆਦਾ ਸਮੇਂ ਦੇ ਲਈ ਸ਼ਾਂਤੀ ਬਣਾਏ ਰੱਖਣ ਦੇ ਲਈ ਲੋਕਾਂ ਦੇ ਅੰਦਰ ਇੱਕ ਮੋਰਲ ਵੈਲਿਊਜ਼ ਨੂੰ ਇਨਕਲਕੇਟ ਕਰਨਾ, ਉਹਨਾਂ ਨੂੰ ਦੱਸਣਾ ਕਿ ਹਿਊਮੈਨਿਟੀ ਦੇ ਨਾਲ, ਮੈਨਕਾਈਂਡ ਦੇ ਨਾਲ, ਏਕਤਾ ਦੇ ਨਾਲ, ਆਪਾਂ ਨੇ ਭਾਈਚਾਰੇ ਦੇ ਨਾਲ ਕਿਵੇਂ ਰਹਿਣਾ, ਇਹ ਸਾਰਾ ਕੁਝ ਕੌਣ ਦੇਖਦਾ? ਯੂਨੈਸਕੋ। ਇਹਦੇ ਹੈੱਡਕੁਆਰਟਰ ਕਿੱਥੇ ਨੇ? ਪੈਰਿਸ, ਫਰਾਂਸ। ਇਹ ਲੋਕਾਂ ਨੂੰ ਦੱਸਦੀ ਹੈ, ਜਿਹੜੀ ਯੂਨੈਸਕੋ ਹੈ ਮੇਨ ਹੈ ਆਪਣੀ ਐਜੂਕੇਸ਼ਨ ਅਵੇਅਰਨੈਸ ਦੇ ਥਰੂ ਲੋਕਾਂ ਨੂੰ ਦੱਸਦੀ ਹੈ ਕਿ ਕਿਵੇਂ ਆਪਾਂ ਨੇ ਹੇਟ ਤੇ ਇਨਟੋਲਰੈਂਸ ਤੋਂ ਦੂਰ ਰਹਿਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਸਾਰਿਆਂ ਨਾਲ ਆਪਾਂ ਨੇ ਇੱਕ ਪੋਜ਼ਿਟਿਵ ਅਪਰੋਚ ਰੱਖ ਕੇ ਆਪਸ ਦੇ ਵਿੱਚ ਸਾਰੀਆਂ ਕੰਟਰੀਜ਼ ਨੇ ਕਿਵੇਂ ਪੀਸ ਦੇ ਨਾਲ ਰਹਿਣਾ, ਇਹ ਸਾਰਾ ਕੁਝ ਯੂਨੈਸਕੋ ਦੱਸਦੀ ਹੈ। ਉਸ ਤੋਂ ਬਾਅਦ ਆਉਂਦਾ ਕਾਮਨਵੈਲਥ ਆਫ ਨੇਸ਼ਨ। ਬੇਸਿਕਲੀ ਕਾਮਨਵੈਲਥ ਆਫ ਨੇਸ਼ਨ, ਜਿਹਨੂੰ ਆਪਾਂ ਬ੍ਰਿਟਿਸ਼ ਕਾਮਨਵੈਲਥ ਵੀ ਕਹਿ ਦਿੰਦੇ ਹਾਂ, ਇਹ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਕਿ ਟੋਟਲ 53 ਸਟੇਟਸ ਨੇ। ਇਹ ਉਹ ਸਟੇਟਸ ਨੇ ਜਿਹੜੀਆਂ ਕਿ ਕਿਸੇ ਸਮੇਂ ਬ੍ਰਿਟਿਸ਼ ਗਵਰਨਮੈਂਟ ਦੇ ਰੂਲ ਦੇ ਅੰਡਰ ਰਹੀਆਂ ਨੇ। ਤਾਂ ਹੁਣ ਇਹ ਕਾਮਨਵੈਲਥ ਆਫ ਨੇਸ਼ਨ ਕੰਟਰੀਜ਼ ਦਾ ਮਤਲਬ ਹੈ ਕਿ ਜਿਹੜੀਆਂ ਕੰਟਰੀਜ਼ ਬ੍ਰਿਟਿਸ਼ ਗਵਰਨਮੈਂਟ ਦੇ ਰੂਲ ਦੇ ਅੰਡਰ ਰਹੀਆਂ ਨੇ ਉਹ ਅੱਜ ਵੀ ਇਕੱਠੀਆਂ ਨੇ, ਫ੍ਰੀ ਤੇ ਇਕੁਅਲ ਨੇ, ਪਰ ਉਹ ਇਕੱਠੀਆਂ ਨੇ। ਐਜ਼ ਅ ਮੈਟਰ ਆਫ ਰਿਸਪੈਕਟ ਟੂ ਬ੍ਰਿਟਿਸ਼ ਕਾਮਨਵੈਲਥ ਦਿਸ ਆਰਗੇਨਾਈਜੇਸ਼ਨ ਹੈਡ ਬੀਨ ਇਸਟੈਬਲਿਸ਼ਡ। 15th ਆਰਗੇਨਾਈਜੇਸ਼ਨ ਆਉਂਦੀ ਹੈ ਯੂਨੀਸੈਫ। ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਤੇ ਇਹਦੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ। ਓਰਿਜਨਲੀ ਇਹਦਾ ਪਹਿਲਾ ਨਾਮ ਸੀ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ, ਤੇ 1946 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਕ੍ਰੀਏਟ ਕੀਤੀ ਸੀ ਇੱਕ ਐਮਰਜੈਂਸੀ ਫੂਡ ਤੇ ਹੈਲਥ ਕੇਅਰ ਫੈਸਿਲਿਟੀਜ਼ ਦੇਣ ਦੇ ਲਈ, ਜਿੰਨੀਆਂ ਵੀ ਵਰਲਡ ਵਾਰ 2 ਤੋਂ ਬਾਅਦ ਚਿਲਡਰਨ ਤੇ ਮਦਰਸ ਉਹਨਾਂ ਨੂੰ ਪ੍ਰੋਬਲਮਸ ਆਈਆਂ ਫੂਡ ਦੀਆਂ, ਹੈਲਥ ਦੀਆਂ, ਕਿਸੇ ਵੀ ਤਰ੍ਹਾਂ ਦੀਆਂ,
ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣ ਦੇ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ। ਇਸ ਦੇ ਵਿੱਚ ਜਿਹੜਾ ਬੋਰਡ ਹੈ ਉਹਦੇ ਵਿੱਚ ਟੋਟਲ 36 ਮੈਂਬਰਸ ਨੇ ਜਿਹੜੇ ਕਿ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੇ ਨੇ, ਪੋਲਿਸੀਸ ਤਿਆਰ ਕਰਦੇ ਨੇ ਤੇ ਦੇਖਦੇ ਨੇ ਕਿ ਕਿਸ ਪਲਾਨ ਨੂੰ ਪੂਰਾ ਕਰਨ ਦੇ ਲਈ ਕਿੰਨਾ ਆਪਾਂ ਨੂੰ ਬਜਟ ਲੱਗੂਗਾ, ਕਿੰਨੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ। ਤੇ ਜਿਹੜਾ ਯੂਨੀਸੈਫ ਹੈ ਮੇਨਲੀ ਇਹਦੀ ਬਜਟਿੰਗ, ਇਹਦੀ ਫੰਡਿੰਗ ਕਿੱਥੋਂ ਹੁੰਦੀ ਹੈ, ਜਿੰਨੇ ਵੀ ਲੋਕ ਡੋਨੇਸ਼ਨਸ ਦਿੰਦੇ ਨੇ ਜਾਂ ਕੋਈ ਗਵਰਨਮੈਂਟਸ, ਕੋਈ ਸਟੇਟ ਗਵਰਨਮੈਂਟਸ ਜਿੰਨਾ ਵੀ ਕੰਟਰੀਬਿਊਟ ਕਰਦੀਆਂ ਨੇ ਕੋਈ ਆਪਣੇ ਆਪ ਤੋਂ ਹੀ, ਬੇਸਿਕਲੀ ਕੰਟਰੀਬਿਊਸ਼ਨਸ ਦੇ ਉੱਤੇ ਹੀ ਰਿਲਾਈ ਕਰਦੇ ਆ। 16th ਆ ਜਾਂਦਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ। ਅੱਜ ਕੱਲ੍ਹ ਕੋਵਿਡ ਪੈਂਡੈਮਿਕ ਦੇ ਟਾਈਮ ਆਪਾਂ ਇਹਦਾ ਨਾਮ ਬਹੁਤ ਵਾਰ ਸੁਣਿਆ। ਵਰਲਡ ਹੈਲਥ ਆਰਗੇਨਾਈਜੇਸ਼ਨ ਕੀ ਹੈ? ਇਹ ਯੂਨਾਈਟਿਡ ਨੇਸ਼ਨ ਦੀ ਸਪੈਸ਼ਲਾਈਜ਼ਡ ਏਜੰਸੀ ਹੈ। 1948 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਮੇਨ ਹੈੱਡਕੁਆਰਟਰ ਕਿੱਥੇ ਹੈ? ਜਨੀਵਾ, ਸਵਿਟਜ਼ਰਲੈਂਡ। ਇੱਕ ਇੰਟਰਨੈਸ਼ਨਲ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਰੀਆਂ ਜਿੰਨੀਆਂ ਵੀ ਉਹਦੀਆਂ ਮੈਂਬਰ ਸਟੇਟਸ ਨੇ ਉਹਨਾਂ ਦੇ ਹੈੱਡਸ ਦੇ ਨਾਲ ਮਿਲ ਕੇ, ਉਹਨਾਂ ਦੇ ਜਿਹੜੀ ਹੈਲਥ ਮਿਨਿਸਟਰੀਜ਼ ਨੇ ਉਹਨਾਂ ਨਾਲ ਮਿਲ ਕੇ ਕਲੈਬੋਰੇਟ ਕਰਕੇ ਕੰਮ ਕਰਦੀ ਹੈ ਕਿ ਕਿਸ ਕੰਟਰੀ ਦੇ ਵਿੱਚ ਕੀ ਸਿਚੁਏਸ਼ਨ ਚੱਲ ਰਹੀ ਹੈ ਹੈਲਥ ਦੀ। ਉਹਨਾਂ ਸਾਰਿਆਂ ਨੂੰ ਟਾਈਮ ਟੂ ਟਾਈਮ ਉਹ ਚੈੱਕ ਕਰਦੀ ਹੈ, ਉਹਨਾਂ ਦੇ ਨਾਲ ਕੋਪਰੇਟ ਕਰਦੀ ਹੈ, ਕੰਟੈਕਟ ਕਰਕੇ ਫਿਰ ਇਹ ਇੰਟਰਨੈਸ਼ਨਲ ਲੈਵਲ 'ਤੇ ਅਨਾਊਂਸਮੈਂਟਸ ਕਰਦੀ ਹੈ। ਮੇਨ ਕੰਮ ਕੀ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ? ਲੀਡਰਸ਼ਿਪ ਦੇਣੀ ਗਲੋਬਲ ਹੈਲਥ ਮੈਟਰ 'ਤੇ, ਹੈਲਥ ਰਿਸਰਚ ਏਜੰਡਾ ਤਿਆਰ ਕਰਨਾ, ਨੋਰਮਸ ਅਤੇ ਸਟੈਂਡਰਡ ਰੂਲਸ ਤਿਆਰ ਕਰਨੇ, ਅਲੱਗ ਅਲੱਗ ਤਰ੍ਹਾਂ ਦੇ ਟੈਕਨੀਕਲ ਸਪੋਰਟ ਦੇਣੀ ਕੰਟਰੀਜ਼ ਨੂੰ, ਜਿਵੇਂ ਹੁਣ ਕਿਸੇ ਨੂੰ ਵੈਕਸੀਨ ਦੀ ਸ਼ਾਰਟੇਜ ਆ ਰਹੀ ਸੀ ਕੁਛ ਵੀ, ਤਾਂ ਆਪਾਂ ਕਿਹਦੇ ਕੋਲ ਆਪਣੀ ਹੈਲਥ ਮਿਨਿਸਟਰੀ ਜਾਂਦੀਆਂ ਸੀ, ਅਪਰੋਚ ਕਰਦੀਆਂ ਸੀ? WHO ਕੋਲ, ਜਿੰਨੇ ਵੀ ਕੋਵਿਡ ਨੂੰ ਲੈ ਕੇ ਕੋਈ ਵੀ ਬਿਹੇਵੀਅਰਲ ਅਪਰੋਚ ਸੀ, ਕੋਈ ਆਪਣੇ ਸੈੱਟ ਨੋਰਮ ਸੀ, ਪ੍ਰੋਟੋਕੋਲ ਸੀ, ਕੀ ਅਚੀਵ ਕਰਨਾ, ਕਿਵੇਂ ਰਹੂਗਾ, ਕਦੋਂ ਫਸਟ ਵੇਵ ਖਤਮ ਹੋਏਗੀ, ਕਦੋਂ ਸੈਕਿੰਡ ਵੇਵ, ਇਹ ਸਾਰੀ ਨੌਲੇਜ ਰੀਸਰਚ ਕਰਕੇ ਕੌਣ ਦਿੰਦਾ? WHO। ਜਿੰਨੀਆਂ ਵੀ ਵੈਕਸੀਨਸ ਅਪਰੂਵ ਹੋ ਰਹੀਆਂ ਨੇ ਕਿ ਕਿਹੜੀ ਸਹੀ ਹੈ, ਉਹ ਕਿਹਦੇ ਕੋਲ ਅਪਰੂਵ ਕਰਵਾ ਰਹੀਆਂ ਨੇ ਕੰਟਰੀਜ਼, ਕੰਪਨੀਜ਼? WHO ਕੋਲ। 17th ਆ ਜਾਂਦਾ ਹੈ AIIB, ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਇਹ ਮਲਟੀਲੇਟਰਲ ਡਿਵੈਲਪਮੈਂਟ ਬੈਂਕ ਹੈ, ਮਤਲਬ ਕਿ ਇਹਦੇ ਬਹੁਤ ਸਾਰੇ ਕੰਮ ਨੇ। ਇਹਦਾ ਮੇਨ ਕੰਮ ਕੀ ਹੈ ਕਿ ਜਿੰਨੇ ਵੀ ਏਸ਼ੀਆ ਕੰਟੀਨੈਂਟ ਦੇ ਵਿੱਚ ਸੋਸ਼ਲ ਤੇ ਇਕਨੋਮਿਕ ਪ੍ਰੋਬਲਮਸ ਨੂੰ ਇੰਪਰੂਵ ਕਰਨਾ, ਉਹਨਾਂ ਨੂੰ ਫੰਡਿੰਗ ਦੇਣੀ ਕੰਟਰੀਜ਼ ਨੂੰ, ਜਿਨ੍ਹਾਂ ਨੂੰ ਕਿ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਜਾਂ ਇਕਨੋਮਿਕ ਤਰ੍ਹਾਂ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਦੇ ਲਈ, ਕੋਈ ਇਸ ਤਰ੍ਹਾਂ ਦੀ ਪਾਲਿਸੀਸ ਦੇ ਲਈ ਫੰਡਿੰਗ ਦੀ ਲੋੜ ਹੈ, ਉਹਨਾਂ ਨੂੰ ਪੈਸਾ ਦੇਣਾ, ਉਹ ਕੌਣ ਦਿੰਦਾ? AIIB। ਤੇ ਇਹਦੇ ਹੈੱਡਕੁਆਰਟਰ ਕਿੱਥੇ ਨੇ? ਬੀਜ਼ਿੰਗ, ਚਾਈਨਾ ਦੇ ਵਿੱਚ। 2016 ਜਨਵਰੀ ਦੇ ਵਿੱਚ ਇਹਨੇ ਆਪਣਾ ਕੰਮ ਸਟਾਰਟ ਕੀਤਾ ਸੀ। G20 ਨੇਸ਼ਨਸ ਦੇ 14 ਮੈਂਬਰਸ ਇਹਦਾ ਪਾਰਟ ਨੇ, ਜਿਹਦੇ ਵਿੱਚੋਂ ਕਿ ਮੇਨ ਵੱਡੀਆਂ ਕੰਟਰੀਜ਼ ਕਿਹੜੀਆਂ ਨੇ? ਫਰਾਂਸ, ਜਰਮਨੀ, ਇਟਲੀ, UK। 18th ਆ ਜਾਂਦਾ ਹੈ ਵਿਪੋ, ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ। ਇੰਟਲੈਕਚੁਅਲ ਪ੍ਰੋਪਰਟੀ ਦਾ ਮਤਲਬ ਹੈ ਕੋਈ ਵੀ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਕਿਸੇ ਦਾ ਆਪਣਾ ਕੋਈ ਬ੍ਰਾਂਡ ਨੇਮ ਹੈ, ਕਿਸੇ ਨੇ ਕੋਈ ਆਪਣੀ ਨਵੀਂ ਇਨੋਵੇਸ਼ਨ ਤਿਆਰ ਕੀਤੀ ਹੈ, ਕੋਈ ਕਿਸੇ ਕੰਪਨੀ ਦਾ ਨਾਮ ਹੈ ਜਾਂ ਕਿਸੇ ਦਾ ਕੋਈ ਆਈਡੀਆ ਹੈ, ਇਹ ਸਾਰਾ ਕੁਛ ਦੇਖਣਾ, ਇਹ ਕੌਣ ਦੇਖਦਾ? ਇਹ ਵਿਪੋ ਦੇਖਦੀ ਹੈ ਵਰਲਡ ਲੈਵਲ 'ਤੇ। 1967 ਦੇ ਵਿੱਚ ਇਹਨੂੰ ਕ੍ਰੀਏਟ ਕੀਤਾ ਗਿਆ ਸੀ ਟੂ ਐਨਕਰੇਜ ਕ੍ਰੀਏਟਿਵ ਐਕਟੀਵਿਟੀ, ਪ੍ਰਮੋਟ ਦੀ ਪ੍ਰੋਟੈਕਸ਼ਨ ਆਫ ਇੰਟਲੈਕਚੁਅਲ ਪ੍ਰੋਪਰਟੀ ਥਰੂ ਆਊਟ ਦਾ ਵਰਲਡ। ਇਹਦੇ ਹੈੱਡਕੁਆਰਟਰ ਕਿੱਥੇ ਨੇ? ਜਨੀਵਾ, ਸਵਿਟਜ਼ਰਲੈਂਡ। ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਡੇ ਕਦੋਂ ਮਨਾਇਆ ਜਾਂਦਾ ਹੈ? 26 ਅਪ੍ਰੈਲ ਨੂੰ। ਇੱਕ ਹੋਰ ਇੰਟਰਸਟਿੰਗ ਫੈਕਟ ਹੈ ਕਿ ਜਿਵੇਂ ਆਪਾਂ ਦੇਖਿਆ ਪੈਲੇਸਟੀਨ, ਇਹ ਯੂਨਾਈਟਿਡ ਨੇਸ਼ਨ ਦੀ ਵੀ ਮੇਨ ਮੈਂਬਰ ਨਹੀਂ ਹੈ ਕਿਉਂਕਿ ਬਹੁਤ ਛੋਟੀ ਜਿਹੀ ਕੰਟਰੀ ਹੈ ਅਤੇ ਇਹਨੂੰ ਹਜੇ ਤੱਕ ਕੋਈ ਲੀਗਲ ਸਟੇਟਸ ਦੇ ਉੱਤੇ ਡਿਸਪਿਊਟ ਚੱਲ ਰਿਹਾ, ਬਟ ਪੈਲੇਸਟੀਨ ਦੇ ਕੋਲ ਪਰਮਾਨੈਂਟ ਓਬਜ਼ਰਵਰ ਸਟੇਟਸ ਹੈ ਵਿਪੋ ਦਾ। ਤੇ ਇੰਡੀਆ ਨੇ ਵਿਪੋ ਕਦੋਂ ਜੁਆਇਨ ਕੀਤੀ? 1975 ਦੇ ਵਿੱਚ। ਨੈਕਸਟ ਆਉਂਦੀ ਹੈ WMO, ਵਰਲਡ ਮਟੀਰੀਓਲੋਜੀਕਲ ਆਰਗੇਨਾਈਜੇਸ਼ਨ। ਬੇਸਿਕਲੀ ਇਹਦਾ ਸਿੰਪਲ ਜਿਹਾ ਕੰਮ ਹੈ ਕਿ ਐਨੂਅਲ ਵਰਲਡ ਕਲਾਈਮੇਟ ਕਿਸ ਤਰ੍ਹਾਂ ਦਾ, ਕਿੱਥੇ ਸੁਨਾਮੀਜ਼ ਆਉਣੀਆਂ ਨੇ, ਕਿੱਥੇ ਫਲੱਡਸ ਆਉਣੇ ਨੇ, ਕਿਸ ਤਰ੍ਹਾਂ ਦਾ ਕਲਾਈਮੇਟ ਚੱਲ ਰਿਹਾ, ਸੀਜ਼ਨਸ ਦੇ ਵਿੱਚ ਚੇਂਜ, ਕਦੋਂ ਮੌਨਸੂਨ ਆਉਣੀ ਹੈ, ਵਰਲਡ ਲੈਵਲ 'ਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਕੌਣ ਰੱਖਦੀ ਹੈ? ਵਰਲਡ ਮਟੀਰੀਓਲੋਜੀਕਲ ਆਰਗੇਨਾਈਜੇਸ਼ਨ। ਅਤੇ ਇਹ ਕਿੱਥੋਂ ਆਈ, ਇਹਦਾ ਆਈਡੀਆ ਕਿੱਥੋਂ ਐਮਰਜ ਹੋਇਆ? ਵੀਨਾ ਇੰਟਰਨੈਸ਼ਨਲ ਮਟੀਰੀਓਲੋਜੀਕਲ ਕਾਂਗਰਸ ਆਫ 1873 ਤੋਂ। ਅਤੇ ਇਹ ਸਪੈਸ਼ਲਿਸਟ ਏਜੰਸੀ ਕਦੋਂ ਬਣੀ ਯੂਨਾਈਟਿਡ ਨੇਸ਼ਨ ਦੀ? 1951 ਦੇ ਵਿੱਚ। 2020 ਦੇ ਵਿੱਚ
वर्ल्ड मीटरोलॉजिकल ऑर्गेनाइजेशन ने अपना 70th एनिवर्सरी सेलिब्रेट की है, 70 साल पूरे किए हैं। नेक्स्ट इज वर्ल्ड ट्रेड ऑर्गेनाइजेशन WTO। WTO बहुत इंपॉर्टेंट ऑर्गेनाइजेशन है। टोटल मेंबर कितने ने 164 ते 23 कंट्रीज दे कोल ऑब्जर्वर स्टेटस है। आपां नूं पता है कि 1987 तो लेके 1994 तक यूरोगे राउंड्स होए, कुछ डिस्कशंस होईयां, क्योंकि अपने कोल जिहड़ा पहला सीगा वर्ल्ड ट्रेड ऑर्गेनाइजेशन तो ओ सी गैट, जनरल अग्रीमेंट ऑन ट्रेड एंड टैरिफ। इहनूं हटा के एक मैराकिश अग्रीमेंट तैयार किया गया 1996 दे विच, जिहदे तो कि वर्ल्ड ट्रेड ऑर्गेनाइजेशन की इस्टैबलिशमेंट हुई। जिहड़ा पहला वाला गैट सी ओ 1947 दे विच बनिया सी, ते उस तो बाद WTO एमर्ज हो गया 1994 दे विच, ते गैट का रोल सी जिहड़ा खत्म हो गया। WTO दा दो तरह नाल काम करदा है, दो तरीके नाल काम करदा है। पहला कंट्रीज नाल सीधा डायरेक्ट टॉक करदा है, गल करदा है कि आपने किस तरह नाल ट्रेडिंग करनी है, नैगोशिएट करदा है रूल्स नूं। दूजा की है कि यह डिस्प्यूट सैटल करदा है उस रूल्स दे अकॉर्डिंग, जे किसी कोई प्रॉब्लम आती है। फर्स्ट की सी कि रूल्स नूं सारे नाल गल करके तैयार करदा है, फिर जे कोई रूल्स दे अकॉर्डिंग काम नहीं कर रहा, कोई डिस्प्यूट आ रहा, तां उह डिस्प्यूट नूं हैंडल करदा है। ਤੇ WTO ਕਿਸੇ ਵੀ ਕੰਟਰੀ ਦੇ ਵਿੱਚ ਜੇ ਕੋਈ ਇਨਵਾਇਰਮੈਂਟ ਨਾਲ ਰਿਲੇਟਡ, ਕੋਈ ਹੈਲਥ ਨਾਲ, ਕੋਈ ਪੀਸ ਨਾਲ, ਕਿਸੇ ਵੀ ਤਰ੍ਹਾਂ ਨਾਲ ਕੋਈ ਰਿਲੇਟਡ ਪ੍ਰੋਬਲਮ ਆਉਂਦੀ ਹੈ, ਤਾਂ ਸਾਰੀਆਂ ਪ੍ਰੋਬਲਮਸ ਨੂੰ ਹੈਂਡਲ ਕਰਦਾ WTO। ਸੋ ਬੇਸਿਕਲੀ ਸਿਰਫ ਇਹਦਾ ਟ੍ਰੇਡ ਤੱਕ ਦਾ ਹੀ ਮਤਲਬ ਨਹੀਂ, ਇਹਦਾ ਇਹ ਵੀ ਮਤਲਬ ਹੈ ਕਿ ਜਿਹੜਾ ਟ੍ਰੇਡ ਹੋ ਰਿਹਾ ਉਹਦਾ ਕਿਸੇ ਇਨਵਾਇਰਮੈਂਟ 'ਤੇ ਨੁਕਸਾਨ ਨਾ ਹੋਵੇ, ਕਿਸੇ ਦੀ ਹੈਲਥ 'ਤੇ ਨੁਕਸਾਨ ਨਾ ਹੋਵੇ, ਕੋਈ ਡੇਂਜਰਸ ਚੀਜ਼ਾਂ ਦਾ ਟ੍ਰੇਡ ਨਾ ਹੋਵੇ, ਸਾਰੇ ਕਿਤੇ ਸ਼ਾਂਤੀ ਬਣੀ ਰਹੇ, ਸਟੇਬਿਲਿਟੀ ਰਹੇ, ਇਹ ਸਾਰੀਆਂ ਚੀਜ਼ਾਂ WTO ਦੇਖਦੀ ਹੈ। ਨੈਕਸਟ ਇਜ਼ ਐਮਨੈਸਟੀ ਇੰਟਰਨੈਸ਼ਨਲ। ਇਹ ਬਹੁਤ ਇੰਪੋਰਟੈਂਟ ਆਪਣੇ ਇੰਟਰਨੈਸ਼ਨਲ ਲੈਵਲ ਦੀ ਇਕਲੌਤੀ ਇੱਕ ਇਹੋ ਜਿਹੀ NGO ਹੈ ਜਿਹੜੀ ਕਿ ਸਾਰੇ ਕਿਤੇ ਬਹੁਤ ਐਕਟਿਵਲੀ ਕੰਮ ਕਰਦੀ ਹੈ, ਹਰ ਕੰਟਰੀ ਦੇ ਵਿੱਚ ਇਕਨੋਮਿਕ ਪੀਸ ਹੋਵੇ, ਲੋਕਾਂ ਦੇ ਮਨੁੱਖੀ ਅਧਿਕਾਰ ਨੇ ਜਿਹੜੇ ਉਹ ਇਨਫਰਿੰਜ ਨਾ ਹੋਣ, ਵਾਇਲੇਟ ਨਾ ਹੋਣ, ਹਰ ਕਿਸੇ ਨੂੰ ਹਿਊਮਨ ਰਾਈਟਸ ਦੇ ਬਾਰੇ ਅਵੇਅਰਨੈਸ ਹੋਵੇ, ਇਹ ਸਾਰੀਆਂ ਚੀਜ਼ਾਂ ਕੌਣ ਦੇਖਦਾ? ਐਮਨੈਸਟੀ ਇੰਟਰਨੈਸ਼ਨਲ ਬੇਸਿਕਲੀ ਪੀਸ ਨੂੰ ਲੈ ਕੇ, ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਕੰਮ ਕਰਦੀ ਹੈ, ਲੋਕਾਂ ਦੇ ਹਿਊਮਨ ਰਾਈਟਸ ਨੂੰ ਲੈ ਕੇ ਕੰਮ ਕਰਦੀ ਹੈ। ਤੇ ਇਹ ਕਿੱਥੇ ਬੇਸਡ ਹੈ? ਲੰਡਨ ਦੇ ਵਿੱਚ। ਕਦੋਂ ਬਣੀ? 1961 ਦੇ ਵਿੱਚ। ਨੈਕਸਟ ਆਨ ਦਾ ਬ੍ਰਿਕਸ, ਜਿਹੜਾ ਸ਼ਾਰਟ ਫਾਰਮ ਹੈ ਬ੍ਰਿਕਸ, ਇਹ ਕਿਹਨੇ ਸ਼ਾਰਟ ਫਾਰਮ ਦਿੱਤੀ? 2001 ਦੇ ਵਿੱਚ ਇਕੋਨੋਮਿਸਟ ਜਿਮ ਓ ਨੀਲ ਨੇ ਸ਼ਾਰਟ ਫਾਰਮ ਦਿੱਤੀ। ਬਹੁਤ ਇੰਪੋਰਟੈਂਟ ਨੇਮ ਹੈ, ਯੂ ਮਸਟ ਰਿਮੈਂਬਰ ਦਿਸ। ਸਟਾਰਟਿੰਗ ਵਿੱਚ ਬ੍ਰਿਕ ਹੈ ਜਿਹੜੀ ਉਹ ਚਾਰ ਕੰਟਰੀਜ਼ ਨੂੰ ਲੈ ਕੇ ਬਣੀ ਸੀ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ। ਲੇਟਰ ਦਸੰਬਰ 2010 ਦੇ ਵਿੱਚ ਜਦੋਂ ਸਾਊਥ ਅਫਰੀਕਾ ਨੂੰ ਇੱਕ ਮੀਟਿੰਗ, ਇੱਕ ਸਬਮਿਟ ਜੁਆਇਨ ਕਰਨ ਦੇ ਲਈ ਇਨਵਾਈਟ ਕੀਤਾ, ਤਾਂ ਉੱਥੇ ਸਾਊਥ ਅਫਰੀਕਾ ਵੀ ਵਿੱਚ ਐਡ ਹੋ ਗਈ ਤੇ ਬ੍ਰਿਕ ਨੂੰ ਹਟਾ ਕੇ ਬ੍ਰਿਕਸ ਬਣ ਗਈ। ਸੋ ਬ੍ਰਿਕਸ ਕੀ ਹੈ? ਇਹਦਾ ਮੇਨ ਮਤਲਬ ਕੀ ਹੈ ਕਿ ਆਪਸ ਦੇ ਵਿੱਚ ਜਿਹੜੀਆਂ ਕੰਟਰੀਜ਼ ਨੇ, ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ, ਕੋਈ ਸਸਟੇਨੇਬਿਲਿਟੀ ਦੀ, ਕੋਈ ਕੋਪਰੇਸ਼ਨ ਦੀ, ਜਾਂ ਕਿਸੇ ਨੂੰ ਕੋਈ ਇਕਨੋਮਿਕਲੀ, ਸੋਸ਼ਲੀ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਤਾਂ ਇਹ ਕੰਟਰੀਜ਼ ਇੱਕ ਦੂਜੇ ਦੀ ਡਿਵੈਲਪਮੈਂਟ ਦੇ ਲਈ ਹੈਲਪ ਕਰਨਗੀਆਂ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਬ੍ਰਿਕਸ ਦਾ ਜਿਹੜਾ 6th ਸਬਮਿਟ ਹੋਇਆ ਸੀ ਫੋਰਟ ਜ਼ਿਲ੍ਹਾ ਦੇ ਵਿੱਚ 2014 'ਚ, ਤਾਂ ਉੱਥੇ ਨਿਊ ਡਿਵੈਲਪਮੈਂਟ ਬੈਂਕ, ਇੱਕ ਬੈਂਕ ਦੀ ਇਸਟੈਬਲਿਸ਼ਮੈਂਟ ਕੀਤੀ ਗਈ, ਜਿਹਦੇ ਕਿ ਹੈੱਡਕੁਆਰਟਰਸ ਨੇ ਸ਼ੰਘਾਈ, ਚਾਈਨਾ ਦੇ ਵਿੱਚ। ਜਿਹੜਾ ਫੋਰਟ ਜ਼ਿਲ੍ਹਾ ਡੈਕਲੇਰੇਸ਼ਨ ਹੈ, ਇਹਨੇ ਕੀ ਕੀਤਾ? ਇਹਨੇ ਸਟ੍ਰੈਸ ਕੀਤਾ ਕਿ ਇੱਕ ਨਿਊ ਡਿਵੈਲਪਮੈਂਟਲ ਬੈਂਕ ਬਣਾਇਆ ਜਾਵੇ, ਜਿਹੜਾ ਕਿ ਜਿੰਨੀਆਂ ਵੀ ਬ੍ਰਿਕਸ ਕੰਟਰੀਜ਼ ਨੇ ਆਪਸ ਦੇ ਵਿੱਚ ਇਹਨਾਂ ਨੇ ਜਿਹੜੇ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਜਾਂ ਕੋਈ ਵੀ ਇਹਨਾਂ ਨੂੰ ਏਡ ਦੀ ਜ਼ਰੂਰਤ ਹੈ, ਤਾਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣ। ਮਤਲਬ ਪ੍ਰਾਇਓਰਿਟੀ ਬ੍ਰਿਕਸ ਕੰਟਰੀਜ਼ ਨੂੰ ਦੇਣ ਦੇ ਲਈ ਨਿਊ ਡਿਵੈਲਪਮੈਂਟ ਬੈਂਕ ਦੀ ਇਸਟੈਬਲਿਸ਼ਮੈਂਟ ਹੋਈ, ਜਿਹਦੇ ਨਾਲ ਕਿ ਫੰਡਿੰਗ ਵਗੈਰਾ ਦੇ ਵਿੱਚ ਇੱਕ ਆਸਾਨੀ ਹੋ ਜਾਵੇ। ਨੈਕਸਟ ਆਉਂਦੀਆਂ ਨੇ G7, ਗਰੁੱਪ ਆਫ 7। ਇੱਕ ਇਨਫੋਰਮਲ ਬਲੌਕ ਹੈ, ਜਿੰਨੀਆਂ ਵੀ ਇੰਡਸਟਰੀਅਲਾਈਜ਼ ਡੈਮੋਕ੍ਰੇਸੀਜ਼ ਨੇ, ਜਿਹੜੇ ਵੀ ਇੰਡੀਪੈਂਡੈਂਟ, ਸੋਵਰਨ, ਸਟਰੋਂਗ ਡੈਮੋਕ੍ਰੇਟਿਕ ਕੰਟਰੀਜ਼ ਨੇ, ਜਿਹੜੇ ਕਿ ਇੰਡਸਟਰੀਅਲੀ ਬਹੁਤ ਜ਼ਿਆਦਾ ਸਟਰੋਂਗ ਨੇ, ਉਹ 7 ਕੰਟਰੀਜ਼ ਦਾ ਜਿਹੜਾ ਇਕੱਠ ਹੈ, ਜੋੜ ਹੈ, ਗਰੁੱਪ ਹੈ, ਉਹਨੂੰ ਆਪਾਂ G7 ਦਾ ਨਾਮ ਦਿੱਤਾ ਹੈ।
ਫਰਾਂਸ ਜਰਮਨੀ ਇਟਲੀ ਯੂਕੇ ਜਪਾਨ ਯੂਐਸ ਐਂਡ ਕੈਨੇਡਾ ਇਹ ਆਪਸ ਦੇ ਵਿੱਚ ਐਨੂਅਲੀ ਹਰ ਸਾਲ ਮਿਲਦੀਆਂ ਨੇ ਡਿਸਕਸ ਕਰਦੀਆਂ ਨੇ ਇਹਨਾਂ ਦੇ ਕਾਮਨ ਇੰਟਰਸਟ ਜਿਹੜੇ ਕਿ ਇਹਨਾਂ ਨੇ ਸੈੱਟ ਕੀਤੇ ਨੇ ਐਜ਼ ਪ੍ਰੋਟੋਕਾਲਸ ਰੂਲਸ ਆਫ ਦੇਅਰ ਫਾਰਮੇਸ਼ਨ ਜਿਵੇਂ ਕਿ ਇਹਨਾਂ ਨੇ ਇਕਨੋਮਿਕ ਗਵਰਨੈਂਸ ਕਿਵੇਂ ਕਰਨੀ ਹੈ ਕੋਈ ਐਨਰਜੀ ਨੂੰ ਲੈ ਕੇ ਪੋਲਿਸੀ ਹੈ ਕੋਈ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਸੋ ਬੇਸਿਕਲੀ ਟਾਈਮ ਟੂ ਟਾਈਮ ਇਹ ਆਪਸ ਦੇ ਵਿੱਚ ਸਬਮਿਟਸ ਹੋਸਟ ਕਰਦੀਆਂ ਰਹਿੰਦੀਆਂ ਨੇ ਤੇ ਰੋਟੇਸ਼ਨਲ ਬੇਸਿਸ ਦੇ ਉੱਤੇ ਹੈੱਡ ਹੁੰਦੇ ਨੇ ਮਤਲਬ ਕਦੇ ਇੱਕ ਕੰਟਰੀ ਫਿਰ ਦੂਜੇ ਸਾਲ ਦੂਜੀ ਕੰਟਰੀ ਇਸ ਤਰ੍ਹਾਂ ਨਾਲ ਅਲੱਗ ਅਲੱਗ ਜਗ੍ਹਾ ਤੇ ਸਬਮਿਟਸ ਹੁੰਦੇ ਨੇ ਤੇ ਜਦੋਂ ਇਹ G7 ਕੰਟਰੀਜ਼ ਦੇ ਵਿੱਚ ਰਸ਼ੀਆ ਨੂੰ ਐਡ ਕਰ ਦਿੰਦੇ ਆ ਤਾਂ ਉਹ G8 ਬਣ ਜਾਂਦਾ ਸੋ G8 ਕੁਛ ਨਹੀਂ ਹੈ ਇਹ ਵੀ G7 ਹੀ ਹੈ ਇੱਕ ਤਰ੍ਹਾਂ ਨਾਲ ਬਸ ਉਹਦੇ ਵਿੱਚ ਆਪਾਂ ਇੱਕ ਰਸ਼ੀਆ ਅਲੱਗ ਤੋਂ ਕੰਟਰੀ ਐਡ ਕਰ ਦਿੰਦੇ ਆ ਬਿਨਾਂ ਰਸ਼ੀਆ ਤੋਂ ਜਿਹੜੀ ਇਨੀਸ਼ੀਅਲੀ ਬਣਿਆ ਸੀ ਗਰੁੱਪ ਉਹ ਸੀ G7 ਕੰਟਰੀ ਇੱਕ ਹੋਰ ਆਉਂਦਾ ਹੈ G15 G15 ਸੀ ਜਿਹੜਾ ਇਹ 15 ਡਿਵੈਲਪਿੰਗ ਕੰਟਰੀਜ਼ ਨੂੰ ਲੈ ਕੇ ਬਣਿਆ ਸੀ 1989 ਦੇ ਵਿੱਚ 9th ਨੌਨ ਅਲਾਈਨਡ ਮੂਵਮੈਂਟ ਜਿਹੜਾ ਸਬਮਿਟ ਹੋਇਆ ਸੀ ਬੈਲਗ੍ਰੇਡ ਦੇ ਵਿੱਚ ਉੱਥੇ ਇੱਕ ਤਰ੍ਹਾਂ ਦੇ ਨਾਲ 15 ਜਿਹੜੇ ਡਿਵੈਲਪਿੰਗ ਕੰਟਰੀ ਸੀਗੀਆਂ ਉਹ ਇਕੱਠੀਆਂ ਹੋਈਆਂ ਉਹਨਾਂ ਨੇ ਆਪਣਾ ਅਲੱਗ ਤੋਂ ਗਰੁੱਪ ਬਣਾ ਲਿਆ 1989 ਦੇ ਵਿੱਚ G15 ਇਹਦਾ ਮੇਨ ਏਮ ਕੀ ਸੀਗਾ ਕਿ ਜਿਹੜੀਆਂ ਵੀ G7 ਇੰਡਸਟਰੀਅਲਾਈਜ਼ਡ ਕੰਟਰੀਜ਼ ਨੇ ਆਲਰੇਡੀ ਆਪਾਂ ਜਿਹੜੇ ਪੜ੍ਹ ਚੁੱਕੇ ਹਾਂ ਤਾਂ ਉਹਨਾਂ ਦੇ ਨਾਲ ਆਪਣਾ ਇੱਕ ਇਨਵੋਲਵਮੈਂਟ ਹੋਵੇ ਕਿ ਕੁਝ ਨਵੀਆਂ ਕੰਟਰੀਜ਼ ਚਾਹੁੰਦੀਆਂ ਸੀ ਕਿ ਅਸੀਂ ਵੀ ਵਿੱਚ ਐਡ ਹੋਈਏ ਇੰਡਸਟਰੀਅਲਾਈਜ਼ਡ ਡੈਮੋਕ੍ਰੇਸੀਜ਼ ਦੇ ਵਿੱਚ ਸੋ ਜਦੋਂ G7 ਪਲੱਸ 8 ਨਵੀਆਂ ਕੰਟਰੀਜ਼ ਮਿਲ ਕੇ 1989 ਦੇ ਵਿੱਚ ਆਪਸ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਗਰੁੱਪ ਬਣਾ ਲਿਆ G15 ਤੇ ਜਿਹੜਾ ਪਹਿਲਾ ਸਬਮਿਟ ਹੋਇਆ ਸੀ G15 ਦਾ ਉਹ ਮਲੇਸ਼ੀਆ ਦੇ ਵਿੱਚ ਹੋਇਆ ਸੀ 1990 ਦੇ ਵਿੱਚ ਸੋ G20 ਕੀ ਹੈ G20 ਬੇਸਿਕਲੀ ਸਿੰਪਲ ਜਿਹਾ ਆਪਾਂ ਇਹ ਯਾਦ ਰੱਖਣਾ ਹੈ ਕਿ ਜਦੋਂ 1998 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਬਹੁਤ ਵੱਡੇ ਲੈਵਲ ਤੇ ਤਾਂ ਉਦੋਂ ਸਾਰੀਆਂ ਜਿਹੜੀਆਂ ਕੰਟਰੀ ਸੀ ਜਿੱਥੇ ਇੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਉਹਨਾਂ ਦੇ ਫਾਈਨੈਂਸ਼ੀਅਲ ਮਿਨਿਸਟਰਸ ਤੇ ਸੈਂਟਰਲ ਬੈਂਕ ਦੇ ਜਿਹੜੇ ਗਵਰਨਰ ਸੀ ਉਹ ਮਿਲੇ ਉਹਨਾਂ ਨੇ ਆਪਸ ਦੇ ਵਿੱਚ ਹੱਥ ਮਿਲਾਏ ਕਿ ਹੁਣ ਆਪਾਂ ਨੂੰ ਇਕੱਠੇ ਹੋ ਕੇ ਕੋਆਪਰੇਟ ਕਰਕੇ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਦੂਰ ਕਰਨ ਦੇ ਲਈ ਸੋਲਿਊਸ਼ਨਸ ਲੱਭਣੇ ਪੈਣਗੇ ਤਾਂ ਉਹਨਾਂ ਨੇ ਗਲੋਬਲ ਲੈਵਲ ਤੇ ਜਿਹੜੀ ਇਕਨੋਮੀ ਸੀਗੀ ਉਹਨੂੰ ਫੋਕਸ ਕੀਤਾ ਸੋ ਜਿਹੜਾ ਇਹ ਗਰੁੱਪ ਬਣਿਆ ਸੀਗਾ 1999 ਦੇ ਵਿੱਚ ਇਹਨੂੰ ਆਪਾਂ ਕਹਿੰਦੇ ਹਾਂ G20 ਗਰੁੱਪ ਬੇਸਿਕਲੀ ਇਹਦਾ ਏਮ ਕੀ ਸੀਗਾ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਦੂਰ ਕਰਨਾ ਤੇ ਇਹਦੇ ਵਿੱਚ ਮੈਂਬਰਸ ਕਿਹੜੇ ਸੀਗੇ ਜਿਹੜੇ G7 ਕੰਟਰੀਜ਼ ਦੇ 7 ਮੈਂਬਰਸ ਨੇ ਉਹ ਤਾਂ ਇਹਦੇ ਵਿੱਚ ਹੈਗੇ ਨੇ ਨਾਲ 13 ਹੋਰ ਮੈਂਬਰ ਕੰਟਰੀਜ਼ ਸੀਗੀਆਂ ਅਰਜਨਟੀਨਾ ਆਸਟ੍ਰੇਲੀਆ ਬ੍ਰਾਜ਼ੀਲ ਚਾਈਨਾ ਇੰਡੀਆ ਇੰਡੋਨੇਸ਼ੀਆ ਮੈਕਸੀਕੋ ਰਸ਼ੀਆ ਸਾਊਦੀ ਅਰੇਬੀਆ ਸਾਊਥ ਅਫਰੀਕਾ ਸਾਊਥ ਕੋਰੀਆ ਐਂਡ ਟਰਕੀ ਸੋ ਲਾਸਟ ਆਰਗਨਾਈਜੇਸ਼ਨ ਫਾਰ ਟੂਡੇ ਇਜ਼ 27 ਇੰਟਰਨੈਸ਼ਨਲ ਆਰਗਨਾਈਜੇਸ਼ਨ G77 ਇਹ ਲਾਰਜੈਸਟ ਇੰਟਰ ਗਵਰਨਮੈਂਟਲ ਆਰਗਨਾਈਜੇਸ਼ਨ ਹੈ ਡਿਵੈਲਪਿੰਗ ਕੰਟਰੀਜ਼ ਦੀ ਯੂਨਾਈਟਿਡ ਨੇਸ਼ਨ ਦੇ ਅੰਡਰ ਇੰਡੀਆ ਇਹਦਾ ਇੱਕ ਮੈਂਬਰ ਹੈ ਜਿਹੜਾ G7 ਗਰੁੱਪ ਹੈ ਗਰੁੱਪ ਆਫ 77 ਕੰਟਰੀਜ਼ 1964 ਦੇ ਵਿੱਚ ਬਣਿਆ 15 ਜੂਨ ਨੂੰ 77 ਡਿਵੈਲਪਿੰਗ ਕੰਟਰੀਜ਼ ਨੇ ਮਿਲ ਕੇ ਇੱਕ ਸਾਈਨ ਕੀਤੀ ਸੀ ਡੈਕਲੇਰੇਸ਼ਨ ਤੇ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਦੀ ਪਹਿਲੀ ਮੀਟਿੰਗ ਸੀਗੀ ਉਹ ਐਲਜੀਅਰਸ ਦੇ ਵਿੱਚ ਕੰਡਕਟ ਕੀਤੀ ਗਈ 1967 ਦੇ ਵਿੱਚ ਮੇਨ ਏਮ ਕੀ ਹੈ ਕਿ ਜਿੰਨੀਆਂ ਵੀ ਕੰਟਰੀਜ਼ ਹਜੇ ਡਿਵੈਲਪ ਹੋ ਰਹੀਆਂ ਨੇ ਹਜੇ ਹੋਈਆਂ ਨਹੀਂ ਜਿਵੇਂ ਕਿ ਇੰਡੀਆ ਹੈ ਹਜੇ ਡਿਵੈਲਪ ਹੋ ਰਹੀ ਹੈ ਉਹ ਕੰਟਰੀਜ਼ ਦਾ ਵਰਲਡ ਲੈਵਲ ਤੇ ਇੱਕ ਇੰਟਰਸਟ ਨੂੰ ਕਲੈਕਟਿਵਲੀ ਇਕੱਠੇ ਹੋ ਕੇ ਸੇਫਗਾਰਡ ਕਰਨਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈ ਤਾਂ ਉਸਨੂੰ ਦੂਰ ਕਰਨਾ ਉਹ 77 ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਨੇ ਜਦੋਂ ਆਪਸ ਦੇ ਵਿੱਚ ਕੋਆਪਰੇਟ ਕਰਕੇ ਇੱਕ ਅਗਰੀਮੈਂਟ ਤਿਆਰ ਕੀਤਾ ਤਾਂ ਉਸ ਗਰੁੱਪ ਨੂੰ ਆਪਾਂ G77 ਦਾ ਨਾਮ ਦਿੰਦੇ ਹਾਂ ਸੋ ਦਿਸ ਵਾਸ ਆਲ ਅਬਾਊਟ ਪਾਰਟ 1 ਔਨ ਦ ਟੋਪਿਕ ਇੰਟਰਨੈਸ਼ਨਲ ਆਰਗਨਾਈਜੇਸ਼ਨਸ ਐਂਡ ਆਈ ਹੈਵ ਕਵਰਡ 27 ਆਰਗਨਾਈਜੇਸ਼ਨਸ ਦ ਰੈਸਟ 23 ਵਿਲ ਬੀ ਕਵਰਡ ਇਨ ਪਾਰਟ 2 ਵੀਡੀਓ ਵਿਚ ਆਈ ਵਿਲ ਬੀ ਅਪਲੋਡਿੰਗ ਟੂਮੋਰੋ ਪਲੀਜ਼ ਸਟੇ ਟਿਊਨਡ ਐਂਡ ਡੂ ਸਬਸਕ੍ਰਾਈਬ ਟੂ ਮਾਈ ਚੈਨਲ ਆਈ ਹੋਪ ਯੂ ਲਾਈਕ ਐਂਡ ਅੰਡਰਸਟੂਡ ਦ ਵੀਡੀਓ ਪਲੀਜ਼ ਡੂ ਲਾਈਕ ਸ਼ੇਅਰ ਕਾਮੈਂਟ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਥੈਂਕ ਯੂ Hello and welcome to my channel Victor's Knowledge. This is Chinu Sharma and today we shall be going to discuss the part 2 of our previous video which was on international organizations. So in this lecture I will be covering the remaining 23
organizations. So let's get started. So 28th organization is SAARC. SAARC the full form is South Asian Association for Regional Cooperation. बेसिकली जी ऑर्गेनाइजेशन है स्पेसिफिकली जो साउथ एशियन कंट्रीज़ ने आठ साउथ एशियन कंट्रीज़ ने उन्होंने इंटरस्ट सिक्योर करने के ऑर्गेनाइजेशन इस्टैबलिश की गई तो ये एक चार्टर साइन किया गया ढाका दे ढाका कितने है बांग्लादेश 8 दिसंबर 1985 के जोड़ा आइडिया है ये सब तो पहला नवंबर 1980 अराइज होया सी ते उस तो बाद एदी फर्स्ट मीटिंग कितने हुई कोलंबो दे विच श्रीलंका अप्रैल 1981 ते सब तो पहला आपां ये देखते हैं कि ये विच स्टार्टिंग विच जिहड़े फाउंडिंग मैंबर कंट्री सी वो 7 सी सो अज ये विच टोटल 8 मैंबर ने इंडिया नेपाल भूटान म्यांमार अफगानिस्तान श्रीलंका मालदीव्स एंड पाकिस्तान ते कुछ कंट्रीज़ नू ये विच ऑब्जर्वर का स्टेटस दिता है ये परमानेंट मैंबरस नहीं है सिर्फ ऑब्जर्वर स्टेट्स ने ते ये सिर्फ जिवें कोई जो भी समिट्स वगैरह होंगे ने मीटिंग्स ने उन्हें पार्ट लेंदे ने उन्होंने अपने लाइक इंटरस्ट नू उन्हां दी गल रखते हैं बट एस सच इन्हां कोल परमानेंट मैंबर वाली वोटिंग पार्ट या कोई प्रॉपर वधिया डिसीजन लैण वाली कोई इस तरह की पावर नहीं होंगी सो ये 9 कंट्रीज़ ने जिन्हों के कोल SAARC दे ऑब्जर्वर स्टेटस है नैक्सट आता है बिमस्टेक बिमस्टेक की फुल फॉर्म की है द बे ऑफ बंगाल इनिशिएटिव फॉर मल्टी सेक्टरल टैक्निकल एंड इकोनमिक कोऑपरेशन बेसिकली एक रीजन स्पेसिफिक मल्टी लेटरल ऑर्गेनाइजेशन है एक बे ऑफ बंगाल का जो रीजन है वो आले दुआले वाले जो कंट्रीज़ ने उन्होंने इंटरस्ट को सिक्योर करने के लिए उतों की इकनोमिक डेवलपमेंट को लैके सोशल प्रोग्रेस को लैके उस रीजन के जोड़े कॉमन इंटरस्ट ने उन्होंने सारे चीज़ों को लैके ये ऑर्गेनाइजेशन तैयार की गई तो 1997 के इस्टैबलिश हुई बैंकॉक डैक्लरेशन तो बाद तो स्टार्टिंग यदा नाम से बिमस्टेक तो 1997 के बिमस्टेक का नाम दिता गया जो ये म्यांमार ऐड हो गया सो टोटल 7 मैंबरस ने 5 साउथ एशिया के 2 साउथ ईस्ट एशिया के बांग्लादेश भूटान इंडिया नेपाल श्रीलंका ये साउथ एशियन कंट्रीज़ हैं तो साउथ ईस्ट एशियन ने म्यांमार एंड थाईलैंड नैक्सट आता है एशियन डेवलपमेंट बैंक जिन्हों पर ADB कहने एक रीजनल डेवलपमेंट बैंक है बेसिकली जेडे भी कंट्रीज नॉन रीजनल डेवलप्ड कंट्रीज ने जिथे कि ज़्यादा डेवलपमेंट वगैरह नहीं हुई तो एशिया स्पेसिफिक कॉन्टीनेंट नू बिलोंग कर दिया ने उन्ना कंट्रीज़ नू स्पेशली फंडिंग प्रोवाइड करनी उन्होंने जो कोई भी इकनोमिक ग्रोथ है या कोई इनवायरमेंट रिलेटेड इशूज़ है या कोई रीजनल इंटीग्रेशन या कोई इंफ्रास्ट्रक्चर डेवलपमेंट करनी है ये सारिया चीज़ों दिमाग में रखते हुए जी फंडिंग प्रोवाइड करती है ADB बैंक के फंडिंग प्रोवाइड करता है तो ये हेडक्वार्टर्स ने मनीला फिलीपाइंस के विच ते इस बैंक के कोल यूनाइटेड नेशन का ऑब्जर्वर स्टेटस भी है सो बेसिकली एदा इन्ना काम है कि इंटरनेशनल लैवल ते एशिया कॉन्टीनेंट के विच पॉवर्टी नू खत्म करन लई या घटाउण दे लई जिहड़े भी किसी भी तरह की इकनोमिक हैल्प करन दी जदों जरूरत पैंदी है तो एशियन डेवलपमेंट बैंक फंड्स ते ग्रांट्स प्रोवाइड करदे आ नैक्सट आउंदा एशियन एशियन की फुल फॉर्म है एसोसीएशन ऑफ साउथ ईस्ट एशियन नेशन बेसिकली ये की है एक रीजनल ऑर्गेनाइजेशन है एशिया पैसिफिक जिहड़ा एरिया है ये जदों भी कोई पोलिटिकल या कोई सोशल स्टेबिलिटी की जरूरत होंगी है या कोई टेंशन वगैरह आ जाती है कोई वॉर रिलेटिड प्रॉब्लम आती है तो ये मेनली काम करती है तो यदा मेन एम की है वन विजन वन आइडेंटिटी वन कम्युनिटी तो एशियन डे कदों मनाया जाता है 8 अगस्त में यदा सैक्रटेरिएट कितने है इंडोनेशिया जकार्ता दे विच ते 10 कंट्रीज ने जिहड़े कि एशियन का पार्ट ने इंडोनेशिया ब्रुनाई वियतनाम लाओस थाईलैंड मलेशिया फिलीपाइन सिंगापुर कंबोडिया ते म्यांमार सो नैक्सट इंपॉर्टेंट ऑर्गेनाइजेशन आ जाती है यूरोपियन यूनियन ये बहुत ही ज़्यादा इंपॉर्टेंट ऑर्गेनाइजेशन है एग्जाम पॉइंट तो क्योंकि पिछले 5-6 साल तो लगातार इंटरनेशनल लैवल की न्यूज़ के विच ऑर्गेनाइजेशन रही है तो यह ऑर्गेनाइजेशन कदों बनी जदों वर्ल्ड वॉर 2 होया उस तो बाद जो आफ्टर इफेक्ट से बहुत सारे लॉसिज होए तो जो यूरोपियन कंट्री से उन्होंने अलग तो अपना एक इकनोमिक सोशल सैटअप न अपने पोलीटिकल सैटअप न स्ट्रोंग करने के लिए अपनी अलग तो एक यूनियन तैयार कर लिया अपना एक ग्रुप बना लिया टोटल 28 कंट्री सगिया
ਤੇ ਇਹਨਾਂ ਨੇ ਆਪਣੀ ਇੱਕ ਇੰਟਰਨਲ ਸਿੰਗਲ ਮਾਰਕੀਟ ਬਣਾਈ ਤੇ ਇੱਕ ਸਟੈਂਡਰਡਾਈਜ਼ ਸੇਮ ਸਿਸਟਮ ਆਫ ਲਾਅ ਬਣਾ ਲਿਆ ਜਿਹੜਾ ਕਿ ਸਾਰੀਆਂ ਮੈਂਬਰ ਸਟੇਟਸ ਦੇ ਅਪਲਾਈ ਹੋਊਗਾ ਤੇ ਜਿਹੜੀ ਟ੍ਰੀਟੀ ਸੀਗੀ ਜਿਹਦੇ ਥਰੂ ਇਹ ਯੂਰੋਪੀਅਨ ਯੂਨੀਅਨ ਬਣਿਆ ਉਹ 1992 ਦੇ ਵਿੱਚ ਸਾਈਨ ਕੀਤੀ ਗਈ ਤੇ ਬੇਸਿਕਲੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਟੋਟਲ 28 ਕੰਟਰੀਜ਼ ਦੇ ਵਿੱਚੋਂ 19 ਕੰਟਰੀਜ਼ ਦੀ ਜਿਹੜੀ ਕਰੰਸੀ ਆਫੀਸ਼ੀਅਲ ਉਹ ਯੂਰੋ ਹੈ ਤੇ ਬਾਕੀ 9 ਕੰਟਰੀਜ਼ ਦੀ ਯੂਰੋ ਨਹੀਂ ਹੈ ਤੋ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਏਮ ਕੀ ਹੈ ਯੂਰੋਪੀਅਨ ਯੂਨੀਅਨ ਦਾ ਕਿ ਇੱਕ ਪ੍ਰੋਪਰ ਸਟਰੋਂਗ ਇਕਨੋਮਿਕ ਤੇ ਪੋਲੀਟੀਕਲ ਬਲੌਕ ਤਿਆਰ ਕਰਨਾ ਤੇ ਪ੍ਰੈਜੈਂਟਲੀ ਇਹਦੇ ਵਿੱਚ 27 ਕੰਟਰੀਜ਼ ਨੇ ਇੱਕ ਕੰਟਰੀ ਜਿਹੜੀ ਇਹਦੇ ਵਿੱਚੋਂ ਨਿਕਲ ਗਈ ਉਹ ਹੈਗੀ ਹੈ ਬ੍ਰਿਟੇਨ ਸੋ ਹੁਣ ਆਪਾਂ ਜਾਣ ਲੈਂਦੇ ਹਾਂ ਕਿ ਬ੍ਰਿਟੇਨ ਦਾ ਕੀ ਕਨਸੈਪਟ ਹੈ ਆਪਾਂ ਨੇ ਬਹੁਤ ਵਾਰੀ ਨਿਊਜ਼ ਦੇ ਵਿੱਚ ਵਰਡ ਸੁਣਿਆ ਬ੍ਰੈਕਸਿਟ ਬ੍ਰੈਕਸਿਟ ਦਾ ਮਤਲਬ ਹੈ ਬ੍ਰਿਟੇਨ ਐਗਜ਼ਿਟ ਮਤਲਬ ਕਿ ਬ੍ਰਿਟੇਨ ਦਾ ਨਿਕਲ ਜਾਣਾ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਬ੍ਰਿਟੇਨ ਨੇ 2016 ਦੇ ਵਿੱਚ ਇਹ ਚੀਜ਼ ਇਹ ਡਿਮਾਂਡ ਅੱਗੇ ਰੱਖੀ ਕਿ ਅਸੀਂ ਹੁਣ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤੇ ਫਾਈਨਲੀ 31 ਜਨਵਰੀ 2020 ਦੇ ਵਿੱਚ ਬ੍ਰਿਟੇਨ ਨੇ ਐਗਜ਼ਿਟ ਲਈ ਸੋ ਪ੍ਰੈਜੈਂਟਲੀ ਹੁਣ 28 ਦੀ ਬਜਾਏ ਸਿਰਫ 27 ਕੰਟਰੀਜ਼ ਨੇ ਯੂਰੋਪੀਅਨ ਯੂਨੀਅਨ ਦਾ ਪਾਰਟ ਸੋ ਨੈਕਸਟ 33rd ਆਰਗੇਨਾਈਜੇਸ਼ਨ ਹੈ ਯੂਐਨ ਹੈਬਿਟੇਟ ਯੂਨਾਈਟਿਡ ਨੇਸ਼ਨ ਹਿਊਮਨ ਸੈਟਲਮੈਂਟ ਪ੍ਰੋਗਰਾਮ ਇਹ ਕੀ ਹੈ ਇਹਦਾ ਮੇਨ ਫੋਕਸ ਕਿਸ ਏਰੀਆਜ਼ ਦੇ ਉੱਤੇ ਹੈ ਹਿਊਮਨ ਸੈਟਲਮੈਂਟਸ ਤੇ ਅਰਬਨ ਡਿਵੈਲਪਮੈਂਟ ਦੇ ਉੱਤੇ ਲੋਕ ਸ਼ਹਿਰਾਂ 'ਚ ਕਿਵੇਂ ਰਹਿ ਰਹੇ ਨੇ ਕਿਸ ਸੈਟਲਮੈਂਟਸ ਦੇ ਵਿੱਚ ਰਹਿ ਰਹੇ ਨੇ ਇਹ ਸਾਰਾ ਕੁਝ ਦੇਖਣ ਦੇ ਲਈ ਉਹਨਾਂ ਦੇ ਟਾਊਨਸ ਤੇ ਸਿਟੀਜ਼ ਨੂੰ ਇਨਵਾਇਰਮੈਂਟਲੀ ਤੇ ਸੋਸ਼ਲੀ ਪ੍ਰਮੋਟ ਕਰਨ ਦੇ ਲਈ ਲੋਕਾਂ ਕੋਲ ਪ੍ਰੋਪਰ ਰਹਿਣ ਦੇ ਲਈ ਜਗ੍ਹਾ ਹੈ ਐਡੀਕੁਏਟ ਸ਼ੈਲਟਰਸ ਨੇ ਸਾਰਿਆਂ ਕੋਲ ਇਹ ਸਾਰਾ ਕੁਝ ਦੇਖਣ ਦੇ ਲਈ ਯੂਐਨ ਹੈਬਿਟੇਟ ਦੀ ਆਰਗੇਨਾਈਜੇਸ਼ਨ ਆਈ 1978 ਦੇ ਵਿੱਚ ਇਸਟੈਬਲਿਸ਼ ਹੋਈ ਸੀ ਤੇ ਇਹਦੇ ਹੈੱਡਕੁਆਰਟਰਸ ਨੇ ਨਾਇਰੋਬੀ ਕੀਨੀਆ ਦੇ ਵਿੱਚ ਨੈਕਸਟ ਇੰਪੋਰਟੈਂਟ ਆਉਂਦੀ ਹੈ ਵਰਲਡ ਵਾਈਲਡ ਲਾਈਫ ਫੰਡ ਫੋਰ ਨੇਚਰ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇੱਕ ਤਰ੍ਹਾਂ ਨਾਲ ਐਨ ਜੀ ਓ ਦੀ ਤਰ੍ਹਾਂ ਕੰਮ ਕਰਦੀ ਹੈ ਤੇ ਵਰਲਡ ਦੀ ਬਿਗੈਸਟ ਕੰਜ਼ਰਵੇਸ਼ਨ ਆਰਗੇਨਾਈਜੇਸ਼ਨ ਹੈ 1000 ਤੋਂ ਜ਼ਿਆਦਾ ਟੋਟਲ ਪ੍ਰੋਜੈਕਟਸ ਨੂੰ ਇਹ ਸਪੋਰਟ ਕਰ ਰਹੀ ਹੈ 1961 ਦੇ ਵਿੱਚ ਇਹ ਫਾਊਂਡ ਹੋਈ ਸੀ ਇਸ ਤੋਂ ਪਹਿਲਾਂ ਜਿਹੜੀ ਆਰਗੇਨਾਈਜੇਸ਼ਨ ਸੀ ਉਹ ਸੀ ਕੰਜ਼ਰਵੇਸ਼ਨ ਫਾਊਂਡੇਸ਼ਨ ਜਿਹਨੂੰ ਬਦਲ ਕੇ ਨਵੀਂ ਆਰਗੇਨਾਈਜੇਸ਼ਨ ਲਿਆਂਦੀ ਗਈ ਵਰਲਡ ਵਾਈਲਡ ਲਾਈਫ ਫੰਡ ਫੋਰ ਨੇਚਰ ਇਹਦੇ ਹੈੱਡਕੁਆਰਟਰਸ ਨੇ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਬੇਸਿਕਲੀ ਜਿਹੜੀ ਵਾਈਲਡ ਲਾਈਫ ਵਾਈਲਡ ਐਨੀਮਲਸ ਨੇ ਉਹਨਾਂ ਸਾਰਿਆਂ ਦੀ ਪ੍ਰਿਜ਼ਰਵੇਸ਼ਨ ਤੇ ਕੰਜ਼ਰਵੇਸ਼ਨ ਨੂੰ ਲੈ ਕੇ ਉਹਨਾਂ ਦੀ ਸਪੀਸੀਜ਼ ਕਿ ਉਹ ਘਟਣ ਨਾ ਵਲਨਰੇਬਲ ਨਾ ਹੋਣ ਜੇ ਕੋਈ ਡੇਂਜਰਸ ਹੈ ਜਾਂ ਇਨਡੇਂਜਰਡ ਸਪੀਸੀਜ਼ ਹੈ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਨੇ ਪ੍ਰੋਪਰ ਸਪੀਸੀਜ਼ ਨੂੰ ਇੰਟੈਕਟ ਰੱਖਣਾ ਹੈ ਇਹ ਸਾਰੇ ਚੀਜ਼ਾਂ ਵਰਲਡ ਵਾਈਲਡ ਲਾਈਫ ਫੰਡ 'ਚ ਨੇ ਨੈਕਸਟ ਬਹੁਤ ਹੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਟ੍ਰੈਫਿਕ ਟ੍ਰੈਫਿਕ ਦੋ ਆਰਗੇਨਾਈਜੇਸ਼ਨ ਨੂੰ ਜੋੜ ਕੇ ਬਣਿਆ ਦੋ ਆਰਗੇਨਾਈਜੇਸ਼ਨ ਦਾ ਇਕੱਠਾ ਜੁਆਇੰਟ ਪ੍ਰੋਗਰਾਮ ਹੈ ਵਰਲਡ ਵਾਈਲਡ ਲਾਈਫ ਫੰਡ ਤੇ ਇੰਟਰਨੈਸ਼ਨਲ ਯੂਨੀਅਨ ਫੋਰ ਕੰਜ਼ਰਵੇਸ਼ਨ ਆਫ ਨੇਚਰ ਜਿਹਨੂੰ ਆਪਾਂ IUCN ਕਹਿੰਦੇ ਹਾਂ ਇਹਨਾਂ ਦੋਨਾਂ ਨੂੰ ਮਿਲ ਕੇ ਟ੍ਰੈਫਿਕ ਬਣਿਆ ਤੇ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ IUCN ਕੀ ਹੈ ਵਰਲਡ ਵਾਈਲਡ ਲਾਈਫ ਫੰਡ ਆਪਾਂ ਪਿਛਲੀ ਸਲਾਈਡ ਵਿੱਚ ਪੜ੍ਹ ਚੁੱਕੇ ਹਾਂ ਸੋ IUCN ਕੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕੰਮ ਕਰਦੀ ਹੈ ਕਿ ਵਰਲਡ ਲੈਵਲ ਤੇ ਜਿਹੜੇ ਵੀ ਪਲਾਂਟਸ ਤੇ ਐਨੀਮਲ ਸਪੀਸੀਜ਼ ਹੈ ਫਲੋਰਾ ਤੇ ਫੌਨਾ ਹੈ ਉਹ ਪ੍ਰੋਪਰ ਕੰਜ਼ਰਵ ਹੋ ਕੇ ਰਹਿਣ ਉਹਨਾਂ ਦੀ ਸਪੀਸੀਜ਼ ਖਤਮ ਨਾ ਹੋਣ ਤੇ ਇਹਦੇ ਲਈ ਇੱਕ ਇਹਨਾਂ ਨੇ ਡੇਟਾ ਬੁੱਕ ਤਿਆਰ ਕੀਤੀ ਹੋਈ ਹੈ ਜਿਹਨੂੰ ਆਪਾਂ IUCN ਰੈੱਡ ਲਿਸਟ ਕਹਿੰਦੇ ਹਾਂ ਇਹਦੇ ਵਿੱਚ ਅਲੱਗ ਅਲੱਗ ਕੈਟੇਗਰੀਜ਼ ਦੇ ਐਨੀਮਲਸ ਜਾਂ ਪਲਾਂਟ ਸਪੀਸੀਜ਼ ਹੁੰਦੀਆਂ ਨੇ ਕਿ ਕਿਹੜੀਆਂ ਵਲਨਰੇਬਲ ਨੇ ਕਿਹੜੀਆਂ ਐਂਡੇਜਰਡ ਨੇ ਜਾਂ ਕਿਹੜੀਆਂ ਐਕਸਟਿੰਕਟ ਹੋ ਚੁੱਕੀਆਂ ਖਤਮ ਹੋ ਚੁੱਕੀਆਂ ਸੋ ਇਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ ਤੇ ਇਹਦੇ ਹੈੱਡਕੁਆਰਟਰਸ ਕਿੱਥੇ ਦਾ ਸੈਕਰਟੇਰੀਏਟ ਕਿੱਥੇ ਬੈਠਦਾ ਹੈ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਤੇ ਹੁਣ ਆਪਾਂ ਆ ਜਾਂਦੇ ਹਾਂ ਟ੍ਰੈਫਿਕ ਦੇ ਉੱਤੇ ਟ੍ਰੈਫਿਕ ਦਾ ਮੇਨ ਕੰਮ ਇਹ ਹੈ ਕਿ ਕੋਈ ਵੀ ਇਲੀਗਲ ਟ੍ਰੇਡਿੰਗ ਨਾ ਹੋ ਰਹੀ ਹੋਵੇ ਵਾਈਲਡ ਪਲਾਂਟਸ ਤੇ ਐਨੀਮਲਸ ਦੀ ਜਾਂ ਜੇ ਟ੍ਰੇਡਿੰਗ ਹੋ ਰਹੀ ਹੈ ਤਾਂ ਪ੍ਰੋਪਰ ਇੱਕ ਸੈੱਟ ਪੈਟਰਨ ਲਿਮਿਟਸ ਦੇ ਵਿੱਚ ਹੋਵੇ ਕਿ ਉਹਨਾਂ ਦੀ ਕੰਜ਼ਰਵੇਸ਼ਨ ਦੇ ਵਿੱਚ ਕੋਈ ਥ੍ਰੈਟ ਨਾ ਆਵੇ ਇਹਦਾ ਕੀ ਮਤਲਬ ਹੈ ਕਿ ਕੰਜ਼ਰਵੇਸ਼ਨ ਦੇ ਵਿੱਚ ਥ੍ਰੈਟ ਨਾ ਆਵੇ ਕਿ ਕਿਸੇ ਵੀ ਸਪੀਸੀਜ਼ ਦਾ ਇੰਨੀ ਜ਼ਿਆਦਾ ਉਹਦੀ ਐਕਸਪਲੋਇਟੇਸ਼ਨ ਨਾ ਹੋਵੇ ਉਹਦਾ ਟ੍ਰੇਡ ਨਾ ਹੋਵੇ ਕਿ ਉਹ ਸਪੀਸੀਜ਼ ਹੀ ਖਤਮ ਹੋ ਜਾਵੇ ਤੇ ਇਹਦੇ ਹੈੱਡਕੁਆਰਟਰਸ ਨੇ ਕੈਂਬਰਿਜ UK ਦੇ ਵਿੱਚ ਸੋ ਨੈਕਸਟ 38th ਆਰਗੇਨਾਈਜੇਸ਼ਨ ਇਸ OECD ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਇਹ ਆਰਗੇਨਾਈਜੇਸ਼ਨ ਬੇਸਿਕਲੀ ਆਪਾਂ ਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਵੀ ਇਹ ਵਰਲਡ ਟ੍ਰੇਡ ਤੇ ਇਕਨੋਮੀ ਨੂੰ ਗਰੋ ਕਰਨ ਦੇ ਲਈ ਉਹਦੀ ਪ੍ਰੋਗਰੈਸ ਦੇ ਲਈ ਇਹ OECD ਨਾਮ ਦੀ ਆਰਗੇਨਾਈਜੇਸ਼ਨ ਇਸਟੈਬਲਿਸ਼ ਹੋਈ ਤੇ ਜਿਹੜੀ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਟੋਟਲ 38 ਕੰਟਰੀਜ਼ ਨੇ ਤੇ 1961 ਦੇ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਤੇ ਰੀਸੈਂਟਲੀ 2021 ਦੇ ਵਿੱਚ ਹੀ ਇਸੇ ਸਾਲ ਇਹਦੀ 60th ਐਨੀਵਰਸਰੀ ਮਨਾਈ ਜਾ ਰਹੀ ਹੈ ਤੇ 60th ਐਨੀਵਰਸਰੀ ਦੇ ਉੱਤੇ ਇਹਨੇ ਇੱਕ ਆਪਣੀ ਰੀਸਰਚ ਅਨਾਲਿਸਿਸ ਦਾ ਇੱਕ ਪੇਪਰ ਆਪਣੀ ਇੱਕ ਰੀਸਰਚ ਪਬਲਿਸ਼ ਕੀਤੀ
जिहदा नाम है द लोंग व्यू सिनारियोज फॉर द वर्ल्ड इकोनमी टू 2060, कि एक लॉन्ग व्यू एक मतलब कि लोंग रन दे विच देखिया कि इकोनमी किस तरह की होगी 2060 तक। सो दो मेन फाइंडिंग्स की निकलियां है कि जिहड़ी रियल जीडीपी ग्रोथ है पूरे वर्ल्ड की वो 3.5% तो घट के 2% तक रह जूगी, तो 2060 तक जिहड़ियां मेजरली पूरे वर्ल्ड के उत्ते केड़ियां तीन कंट्रीज ने जिन्हों का कि सब तो ज़्यादा इकोनमिक आउटपुट होगा, इंडिया, चाइना एंड इंडो। नेक्स्ट आउंदी है IAEA। बेसिकली IAEA की है, इन्हों पर एटम्स फॉर पीस ऑर्गेनाइजेशन भी कहने हैं, 1957 दे विच बनी ते यूनाइटेड नेशन फैमिली दे विच ही बनी है। तो यह जिहड़ी ऑर्गेनाइजेशन है यह किनू रिपोर्ट करती है, ये यूनाइटेड नेशन जनरल असैम्बली ते सिक्योरिटी काउंसिल नू। इहदे हेडक्वार्टर्स ने वीना ऑस्ट्रिया दे विच। इहदा सिंपल जिहा एक ही काम है कि अपने पूरे वर्ल्ड दे विच जिहड़ी जिहड़ी कंट्रीज कोल न्यूकलीयर टेक्नोलॉजीज ने, न्यूकलीयर वैपनस ने, उन्हां दा जिहड़ा यूज है वह बहुत देख के ढंग नाल कीता जावे। सिर्फ किसी भी तरह की जो कोई पीसफुल यूज करना है तो ही किया जाए, कोई भी मिलिट्री परपज के लिए या वॉर्स के लिए ना किया जाए। तो न्यूकलीयर टेक्नोलॉजीज नू सेफली सिक्योरली ते पीसफुली संभाल के रखा जाए, यूटिलाइजेशन उन्होंने प्रॉपर की जाए, किसी भी तरह ना उन्होंने गलत इस्तेमाल ना हो। नैक्सट आँदी है नाटो, नॉर्थ अटलांटिक ट्रीटी ऑर्गनाइजेशन। एक तरह का मिलिट्री अलायंस है, वाशिंगटन ट्रीटी के थ्रू एस्टैबलिश किया गया 1949 के। हेडक्वार्टर्स ने ब्रसल्स बेल्जियम के। सो बेसिकली अपने इनू लैके इन्ना ही याद रखना है कि एक किस तरह की नेचर की है इस ऑर्गनाइजेशन की, यह एक इंटर गवर्नमेंटल मिलिट्री अलायंस है। 40th ऑर्गनाइजेशन इज ओपैक, ये फुल फॉर्म है ऑर्गनाइजेशन ऑफ द पेट्रोलियम एक्सपोर्टिंग कंट्री। जेडियां कंट्रीज पेट्रोल एक्सपोर्ट कर दिया ने उन्हां दी एक परमानेंट ऑर्गेनाइजेशन है, ते ए बगदाद कॉन्फ्रेंस दे विच 1960 विच बनी सी। ईरान, इराक, कुवैत, साउदी अरेबिया, वेनेजुएला, ए पांच कंट्रीज ने मिलके इस नू एस्टैबलिश किया सी। एदा मेन एम की है कि जिन्नी भी ऑयल सप्लाई हो रही है, जिन्ने भी प्राइसिस ने ऑयल दे, वो सारे नू वर्ल्ड मार्केट दे विच मैनेज करना इफेक्टिवली। जो कोई फ्लक्चुएशन आती है कोई परचेजिंग की, कोई प्रोड्यूस करने की, उन्होंने सारे का ध्यान रखना ओपेक का काम है। ये हेडक्वार्टर कितने ने, वीना ऑस्ट्रिया। 2019 तक ओपेक के कोल टोटल 14 मैंबर कंट्रीज ने। तो 14 मैंबर कंट्रीज केड़ियां ने, ईरान, इराक, कुवैत, UAE, साउदी अरेबिया, अलजीरिया, लीबिया, नाइजीरिया, गैबन, इक्वेटोरियल गुआना, रिपब्लिक ऑफ कॉन्गो, एंगोला, इक्वेडर एंड वेनेजुएला। सो नेक्स्ट इंपॉर्टेंट ऑर्गेनाइजेशन है NAM, नॉन अलाइंड मूवमेंट। नॉन अलाइंड मूवमेंट वो कंट्रीज ने स्टार्ट की जो कोल्ड वॉर हुई, तो जेडिया कंट्रीज अलग रही, न्यूट्रल ते इंडिपेंडेंट रही, जेडिया ना तो सोवियत यूनियन दे विच जाके मिलिया ना यूनाइटेड स्टेट्स दे विच, वो कंट्रीज ने 1955 दे विच एक अपनी अलग तो मूवमेंट स्टार्ट कर ली, नॉन अलाइंड मूवमेंट। तो ये बैंगडोंग कॉन्फ्रेंस जिहड़ी कि इंडोनेशिया हुई सी, उत्थे इनू लैके डिसीजनस लए गए, डिस्कशनस हुई, तो उत्थों एक ग्रुप का जिहड़ा कॉन्सैप्ट है वह इमर्ज होया, ओरिजिनेट होया। नैक्सट 42nd बहुत ही इंपॉर्टेंट ऑर्गनाइजेशन है, शंघाई कारपोरेशन ऑर्गनाइजेशन, SCO। एक परमानेंट ऑर्गनाइजेशन है जिहड़ी कि 2001 के क्रिएट की गई, बट ऑफिशियली इन्हें अपना काम 2003 तो स्टार्ट किया। जिन्निया भी यूरेशियन कंट्रीज ने उन्हां दे विच पॉलिटिकल, इकनोमिक ते मिलिट्री लैवल की स्टेबिलिटी लैके आनी, पीस ते सिक्योरिटी बनाए रखने लई ए ऑर्गनाइजेशन इस्टैबलिश की गई। तो ये ऑर्गनाइजेशन दीयां दो मेन लैंग्वेजिस ने रशियन ते चाइनीज़। 8 कंट्रीज ने जिहड़ियां कि परमानेंट मैंबर स्टेटस है जिन्हां कोल SCO दा, वह केड़ियां-केड़ियां ने, कजाकिस्तान, चाइना, किर्गिस्तान, रशिया, तजाकिस्तान, उज़्बेकिस्तान, इंडिया एंड पाकिस्तान। सो इंडिया इंपॉर्टेंट उरे वर्ड है क्योंकि बहुत बार एग्जाम दे विच आया है कि केड़ी केड़ी ऑर्गेनाइजेशन दा इंडिया पार्ट है, सो वी हैव टू रिमैंबर दैट इंडिया इज पार्ट ऑफ SCO। ते दे हेडक्वार्टर्स कित्थे ने, बीजिंग, चाइना दे विच। नेक्स्ट 43rd वेरी इंपॉर्टेंट ऑर्गेनाइजेशन इज इंटरनेशनल क्रिमिनल कोर्ट, ICC। एक ट्रीटी जिहड़ी किसी रोम स्टैचूट जिन्हों आपां कहने आ उहदे अंडर ए बनी, ते फर्स्ट वर्ल्ड दी परमानेंट इंटरनेशनल क्रिमिनल कोर्ट है।
1 जुलाई 2002 ਨੂੰ ਰੋਮ ਸਟੈਚੂਟ ਨੇ ਇਫੈਕਟ ਲਿਆ ਤੇ ਇਸ ਨੂੰ 60 ਕੰਟਰੀਜ਼ ਨੇ ਰੈਟੀਫਾਈ ਕੀਤਾ ਸਾਈਨ ਕੀਤੇ ਤੇ ਆਫੀਸ਼ੀਅਲੀ ਆਈਸੀਸੀ ਦੀ ਸ਼ੇਪ ਲਈ ਆਈਸੀਸੀ ਦਾ ਕੀ ਕੰਮ ਹੈ ਬੇਸਿਕਲੀ ਇਹ ਆਪਣੀ ਜਿਵੇਂ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਹੈ ਤਾਂ ਵਰਲਡ ਲੈਵਲ ਤੇ ਜਿਹੜੀ ਕਿ ਕ੍ਰਿਮੀਨਲ ਕੇਸਿਸ ਦੇਖਦੀ ਹੈ ਸਭ ਤੋਂ ਵੱਡੀ ਕੋਰਟ ਉਹ ਹੈਗੀ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਸੋ ਇਹਦੇ ਵਿੱਚ ਬੇਸਿਕਲੀ ਕੀ ਹੈ ਕਿਸ ਤਰ੍ਹਾਂ ਦੇ ਕ੍ਰਾਈਮਸ ਦੇਖੇ ਜਾਂਦੇ ਨੇ ਜਿਵੇਂ ਕੋਈ ਵਰਲਡ ਲੈਵਲ ਤੇ ਕੋਈ ਹਿਊਮੈਨਿਟੀ ਦੇ ਅਗੇਂਸਟ ਕੋਈ ਕ੍ਰਾਈਮ ਹੈ ਕੋਈ ਵਾਰ ਕ੍ਰਾਈਮ ਹੈ ਜੈਨੋਸਾਈਡ ਹੈ ਜਾਂ ਕ੍ਰਾਈਮ ਆਫ ਐਗਰੈਸ਼ਨ ਹੈ ਇਸ ਤਰ੍ਹਾਂ ਦੇ ਕ੍ਰਾਈਮਸ ਨੂੰ ਡੀਲ ਕੀਤਾ ਜਾਂਦਾ ਹੈ ਤੇ 18 ਜੱਜਸ ਨੇ ਜਿਹੜੇ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਨੇ ਤੇ ਉਹਨਾਂ ਨੂੰ 9 ਸਾਲ ਦੇ ਟਰਮ ਦੇ ਲਈ ਅਪੁਆਇੰਟ ਕੀਤਾ ਜਾਂਦਾ ਹੈ ਇੰਡੀਆ ਰੋਮ ਸਟੈਚੂਟ ਦੀ ਪਾਰਟੀ ਨਹੀਂ ਸੀ ਤੇ ਯੂਐਸ ਤੇ ਚਾਈਨਾ ਦੋ ਹੋਰ ਕੰਟਰੀਜ਼ ਨੇ ਜਿਨ੍ਹਾਂ ਨੇ ਕਿ ਰੋਮ ਸਟੈਚੂਟ ਨੂੰ ਸਾਈਨ ਨਹੀਂ ਕੀਤਾ ਸੀ ਰੀਸੈਂਟਲੀ ਮਲੇਸ਼ੀਆ ਹੈ ਜਿਹੜਾ ਉਹਨੇ ਰੋਮ ਸਟੈਚੂਟ ਦੇ ਵਿੱਚ ਸਾਈਨ ਕੀਤੇ ਨੇ ਤੇ ਨਿਊਐਸਟ 124 ਸਟੇਟ ਪਾਰਟੀ ਬਣੀ ਹੈ ਆਈਸੀਸੀ ਦੀ ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਰੀਸੈਂਟਲੀ ਕਿਹੜੀ ਕੰਟਰੀ ਹੈ ਜਿਹਨੇ ਰੋਮ ਸਟੈਚੂਟ ਨੂੰ ਰੈਟੀਫਾਈ ਕਰਕੇ ਆਈਸੀਸੀ ਦੀ ਪਾਰਟੀ ਬਣੀ ਹੈ ਉਹ ਹੈ ਮਲੇਸ਼ੀਆ ਨੈਕਸਟ ਆਉਂਦੀ ਹੈ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਪੀਸੀਏ ਆਰਬਿਟ੍ਰੇਸ਼ਨ ਦਾ ਮਤਲਬ ਹੈ ਮੀਡੀਏਸ਼ਨ ਜਦੋਂ ਆਪਾਂ ਇਨਫੋਰਮਲ ਤਰੀਕੇ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਕਿਸੇ ਡਿਸਪਿਊਟ ਨੂੰ ਸੋਲਵ ਕਰਦੇ ਹਾਂ ਤਾਂ ਉਹਨੂੰ ਆਪਾਂ ਆਰਬਿਟ੍ਰੇਸ਼ਨ ਕਹਿੰਦੇ ਹਾਂ ਸੋ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਕੀ ਹੈ ਜਿਹੜੀ ਕਿ ਵਰਲਡ ਲੈਵਲ ਤੇ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ ਤੇ ਇਹਦੇ ਹੈੱਡਕੁਆਰਟਰਸ ਹੈ ਹੇਗ ਨੀਦਰਲੈਂਡ ਦੇ ਵਿੱਚ 1899 ਦੇ ਵਿੱਚ ਇਸਟੈਬਲਿਸ਼ ਹੋਈ ਸੀ ਤੇ ਕੋਈ ਵੀ ਜਦੋਂ ਇੰਟਰਨੈਸ਼ਨਲ ਲੈਵਲ ਦਾ ਡਿਸਪਿਊਟ ਹੈ ਜੇ ਉਹਦੇ ਉਹਨੂੰ ਆਪਾਂ ਨੇ ਆਰਬਿਟ੍ਰੇਸ਼ਨ ਦੇ ਥਰੂ ਸੋਲਵ ਕਰਵਾਉਣਾ ਹੈ ਤਾਂ ਆਪਾਂ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਕੋਲ ਜਾਂਦੇ ਹਾਂ ਸੋ 45th ਆਰਗੇਨਾਈਜੇਸ਼ਨ ਇਜ਼ UNAIDS UNAIDS ਦਾ ਸਿੰਪਲ ਜਿਹਾ ਇੱਕ ਮਤਲਬ ਹੈ ਕਿ ਜਿਹੜੀ ਏਡਸ ਦੀ ਬਿਮਾਰੀ ਹੈ ਉਹਨੂੰ 2030 ਤੱਕ ਵਰਲਡ ਦੇ ਵਿੱਚੋਂ ਖਤਮ ਕਰਨ ਦੇ ਲਈ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਏਡਸ ਦੀ ਫੁੱਲ ਫਾਰਮ ਕੀ ਹੈ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਤੇ ਇਹ ਸਸਟੇਨੇਬਲ ਡਿਵੈਲਪਮੈਂਟ ਗੋਲ ਦਾ ਵੀ ਇੱਕ ਪਾਰਟ ਹੈ 11 ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨ ਦੀਆਂ ਮਿਲ ਕੇ ਕੰਮ ਕਰਦੀਆਂ ਨੇ ਇਸ ਗੋਲ ਨੂੰ ਅਚੀਵ ਕਰਨ ਦੇ ਲਈ UNAIDS ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤੇ ਇਹਦੇ ਹੈੱਡਕੁਆਰਟਰਸ ਕਿੱਥੇ ਹੈ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਤੇ 1994 ਦੇ ਵਿੱਚ ਇਹਨੂੰ ਇਸਟੈਬਲਿਸ਼ ਕੀਤਾ ਗਿਆ ਤੇ ਜਿਹੜਾ UNAIDS ਹੈ ਮੇਨ ਇਹ ਕਿਹਦੇ ਅੰਡਰ ਆਉਂਦਾ ਇਹ ECOSOC ਦੇ ਅੰਡਰ ਆਉਂਦਾ ECOSOC ਆਪਾਂ ਨੇ ਪੜ੍ਹਿਆ ਇਟ ਇਜ਼ ਵਨ ਆਫ ਦਾ 5 ਮੇਨ ਪ੍ਰਿੰਸੀਪਲ ਆਰਗਨਸ ਆਫ ਯੂਨਾਈਟਿਡ ਨੇਸ਼ਨ ਸੋ ਨੈਕਸਟ ਇਜ਼ ਆਰਗਨਾਈਜੇਸ਼ਨ ਫਾਰ ਦਾ ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ 1997 ਦੇ ਵਿੱਚ ਇਹ ਕੈਮੀਕਲ ਵੈਪਨ ਕਨਵੈਨਸ਼ਨ ਦੇ ਅੰਡਰ ਫਾਰਮ ਕੀਤੀ ਗਈ ਤੇ ਮਲਟੀਲੇਟਰਲ ਟ੍ਰੀਟੀ ਹੈ ਇਹਦੇ ਅੰਡਰ ਕੈਮੀਕਲ ਵੈਪਨਸ ਨੇ ਜਿਹੜੇ ਉਹਨਾਂ ਦਾ ਯੂਜ਼ ਹੈ ਜਿਹੜਾ ਉਹਨੂੰ ਬੈਨ ਕੀਤਾ ਗਿਆ ਕਿਉਂਕਿ ਕੈਮੀਕਲ ਵੈਪਨਸ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਡਿਸਟਰਕਸ਼ਨ ਕ੍ਰੀਏਟ ਕਰਦੇ ਨੇ ਜਦੋਂ ਇਹਨਾਂ ਦਾ ਕੋਈ ਵੀ ਪ੍ਰੋਪਰ ਯੂਜ਼ ਨਹੀਂ ਕਰਦਾ ਇਹਨਾਂ ਦਾ ਕੋਈ ਇਲ ਯੂਜ਼ ਕਰਦਾ ਉਦੋਂ ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਗਈ ਤੇ ਇਹਦੇ ਵਿੱਚ ਇੱਕ ਕੰਪਲਸਰੀ ਕਰ ਦਿੱਤਾ ਗਿਆ ਕਿ ਜਿੰਨੇ ਵੀ ਓਲਡ ਤੇ ਜਾਂ ਅਬੈਂਡਨਡ ਕੈਮੀਕਲ ਵੈਪਨਸ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਜਾਵੇ ਤੇ ਇੰਡੀਆ ਨੇ ਇਸ ਟ੍ਰੀਟੀ ਨੂੰ ਜਨਵਰੀ 1993 ਦੇ ਵਿੱਚ ਸਾਈਨ ਕੀਤਾ ਨੈਕਸਟ ਹੈ APEC APEC ਦੀ ਫੁੱਲ ਫਾਰਮ ਹੈ ਏਸ਼ੀਆ ਪੈਸੇਫਿਕ ਇਕਨੋਮਿਕ ਕੋਆਪਰੇਸ਼ਨ ਇੱਕ ਰੀਜਨ ਬੇਸਡ ਇੱਕ ਪ੍ਰੋਪਰ ਏਰੀਆ ਨੂੰ ਲੈ ਕੇ ਹੀ ਬਣਾਈ ਗਈ ਤੇ ਕਿਹੜਾ ਏਰੀਆ ਆਉਂਦਾ ਇਹਦੇ ਅੰਦਰ ਏਸ਼ੀਆ ਪੈਸੇਫਿਕ ਏਰੀਆ ਤੇ ਮੇਨ ਇਹਦਾ ਏਮ ਕੀ ਹੈ ਜਿਹੜੇ ਇਸ ਏਰੀਆ ਦੇ ਲੋਕ ਨੇ ਉਹਨਾਂ ਦੀ ਓਵਰਆਲ ਪ੍ਰੋਸਪੈਰਿਟੀ ਉਹਨਾਂ ਨੂੰ ਇੱਕ ਸਿਕਿਉਰਡ ਇਨਵਾਇਰਮੈਂਟ ਦਿੱਤਾ ਜਾਵੇ ਉਹਨਾਂ ਦੀ ਗਰੋਥ ਹੈ ਜਿਹੜੀ ਇਕਨੋਮਿਕ ਇੰਟੀਗ੍ਰੇਸ਼ਨ ਹੈ ਉਸਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਤੇ ਇਹਦੇ ਹੈੱਡਕੁਆਰਟਰਸ ਨੇ ਸਿੰਗਾਪੁਰ ਦੇ ਵਿੱਚ ਨੈਕਸਟ ਆਉਂਦੀ ਹੈ UNEP ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਇਨਵਾਇਰਮੈਂਟ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਓਵਰਆਲ ਪੂਰੇ ਵਰਲਡ ਦੇ ਵਿੱਚ ਗਲੋਬਲ ਇਨਵਾਇਰਮੈਂਟ ਦਾ ਜਿਹੜਾ ਏਜੰਡਾ ਹੈ ਤੇ ਇਨਵਾਇਰਮੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੈਕਟ ਕਰਨ ਦੇ ਲਈ ਪ੍ਰਿਜ਼ਰਵ ਕਰਨ ਦੇ ਲਈ ਜਾਂ ਜਿਹੜੇ ਆਪਣੇ ਸਸਟੇਨੇਬਲ ਡਿਵੈਲਪਮੈਂਟ ਪ੍ਰੋਗਰਾਮਸ ਨੇ ਗੋਲਸ ਨੇ ਉਹਨਾਂ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਵਾਉਣ ਦੇ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਹੈੱਡਕੁਆਰਟਰਸ ਨੇ ਨਾਇਰੋਬੀ ਕੀਨੀਆ ਦੇ ਵਿੱਚ 49th ਆਰਗੇਨਾਈਜੇਸ਼ਨ ਇਜ਼ ਵਰਲਡ ਫੂਡ ਪ੍ਰੋਗਰਾਮ WFP 1961 ਦੇ ਵਿੱਚ ਇਹਦੀ ਫਾਰਮੇਸ਼ਨ ਹੋਈ FAO ਨੇ ਇਹਨੂੰ ਫਾਰਮ ਕੀਤਾ ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਨਾਲ ਮਿਲ ਕੇ ਕੰਮ ਕੀਤਾ ਇਹਦੀ ਫਾਰਮੇਸ਼ਨ ਦੇ ਵਿੱਚ ਸੋ ਇਹਦੇ ਹੈੱਡਕੁਆਰਟਰਸ ਕਿੱਥੇ ਨੇ ਰੋਮ ਇਟਲੀ
जेडी वर्ल्ड फूड प्रोग्राम है एक बहुत ही इंपॉर्टेंट लीडिंग ह्यूमैनिटेरियन ऑर्गेनाइजेशन है। मतलब ये लोगों के भले लिए बहुत ज़्यादा वड्डे लेवल पे काम कर रही है। कितने भी कोई हंगर है, कोई न्यूट्रिशन की प्रॉब्लम है, किसी को कोई एमरजेंसी के फूड चाहिए है, कितने कोई वॉर है, रिफ्यूजी कैंपेन्स ने लोगों की लाइफ को सेव करने के लिए वर्ल्ड फूड प्रोग्राम बहुत ही इंपॉर्टेंट काम कर रहे हैं। बेसिकली इंटरनेशनल कम्युनिटी हैज़ कमिटेड टू एंड हंगर, अचीव फूड सिक्योरिटी एंड इम्प्रूव न्यूट्रिशन बाय 2030। सो नाउ कमिंग टू अवर लास्ट ऑर्गेनाइजेशन फॉर टूडे इज इंटरनेशनल सीबेड अथॉरिटी। ये बहुत ही इंपॉर्टेंट ऑर्गेनाइजेशन है। इन 1994 16 नवंबर नू इस्टैबलिश की गई। तो यह किस बॉडी के अंडर आती है? जिहड़ी यूनाइटेड नेशन की इंपॉर्टेंट कन्वेंशन है लॉ ऑफ सी के उत्ते, UN क्लॉज कहने जिन्हों आप अंडर इनू फॉर्म किया गया। तो यह मेन एक ही काम है कि जिन्या भी माइनिंग एक्टिविटीज़ होंदियां ने सी दे विच, उन्हां दा मरीन इनवायरमेंट के उत्ते, एक्वाटिक प्लांट्स एंड एनिमल्स के उत्ते ज़्यादा असर ना हो, कोई हार्मफुल इफेक्ट्स ना आन, तो उस चीज़ नूं रोकण दे लई, उहदे उत्ते चैक लगाउण दे लई इंटरनेशनल सीबेड अथॉरिटी फॉर्म की गई। तो इहदे हैडक्वार्टर्स ने किंगस्टन जमाइका दे विच। मूविंग फर्दर लैट्स हैव अ लुक ऑन इंपॉर्टेंट हैडक्वार्टर्स टू रिमैंबर। सो यूनाइटेड नेशन के हेडक्वार्टर्स कितने ने? न्यूयॉर्क सिटी के विच, वर्ल्ड हेल्थ ऑर्गेनाइजेशन जिनीवा स्विट्जरलैंड, FAO रोम, वर्ल्ड बैंक एंड IMF वाशिंगटन, इंटरनेशनल सिविल एविएशन ऑर्गेनाइजेशन मॉन्ट्रियल क्यूबेक कैनेडा, वर्ल्ड ट्रेड ऑर्गेनाइजेशन एंड इंटरनेशनल लेबर ऑर्गेनाइजेशन ILO जिनीवा स्विट्जरलैंड, इंटरपोल लियोन फ्रांस, साक नेपाल। सो ये इंपॉर्टेंट हैडक्वार्टर्स ने जेडे अपने एग्जाम के लिए याद रखने हैं, तो बार बार एग्जाम के रिपीट होंगे ने क्वेश्चन। यू कैन ईदर टेक स्क्रीनशॉट ऑफ दिस और यू कैन अवेल फ्री PDF बाय सेंडिंग एन ईमेल ऑन द ईमेल मैंशन इन द डिस्क्रिप्शन बॉक्स। सो नेक्स्ट हेयर इज द लिस्ट ऑफ फ्यू इंपॉर्टेंट हेड्स ऑफ वेरियस इंटरनेशनल ऑर्गेनाइजेशन दैट वी नीड टू रिमेंबर फॉर एग्जाम्स। यू कैन have a look on these. So this was all about our part 2 video on the topic international organizations. I have covered specifically the remaining 23 organizations. Rest 27 were covered yesterday in the first part. I hope you liked the video and understood the whole concept of all international organizations well. Please subscribe to my channel and do like, share and comment.